हां जी 사시ガル जी ਤੁਸੀਂ ਦੇਖ ਰਹੇ ਹੋ ਬ੍ਰਿਟਿਸ਼ੀਆ ਟੀਵੀ ਅੱਜ ਜੋ ਸ਼ਖਸੀਅਤ ਸਾਡੇ ਨਾਲ ਇਸ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਹਰ ਇੱਕ ਫਲੇਵਰ ਦਾ ਗੀਤ ਉਹਨਾਂ ਨੇ ਅੱਜ ਤੱਕ ਗਾਇਆ ਤੇ ਜਿਹਦੇ ਵਿੱਚ ਗੀਤ ਉਹਨਾਂ ਦੇ ਜਿਹੜੇ ਬਹੁਤ ਸਾਰੇ ਮਸ਼ਹੂਰ ਨੇ ਜੇ ਮੈਂ ਇੱਕ ਦੀ ਗੱਲ ਕਰਾਂ ਚਿੱਠੀ ਲੰਡਨੋਂ ਲਿਖਦਾ ਤਾਰਾ ਚਿੱਤ ਕਰੇ ਸੱਜਣਾ ਦੇ ਵੇੜੇ ਮੈਂ ਫੁੱਲ ਬਣ ਕੇ ਲੱਗ ਜਾਵਾਂ ਤੇ ਜੇ ਉਹਨਾਂ ਤੇ ਉਸ ਮਕਾਮ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਫਿਲਮਾਂ ਤੱਕ ਉਹਨਾਂ ਦਾ ਮਿਊਜ਼ਿਕ ਜਿਹੜਾ ਹੈ ਉਹ ਪਹੁੰਚਦਾ ਰਿਹਾ ਹੈ ਤੇ ਬੜੇ ਵੱਡੇ ਵੱਡੇ ਸਟਾਰ ਪੰਜਾਬੀ ਇੰਡਸਟਰੀ ਦੇ ਉਹਨਾਂ ਵੱਲੋਂ ਲਿਆਂਦੇ ਗਏ ਜੋ ਅੱਜ ਤੱਕ ਚੱਲਦੇ ਨੇ ਉਸ ਤੋਂ ਬਾਅਦ ਉਹ ਖੁਦ ਗਾਉਂਦੇ ਨੇ ਉਹਨਾਂ ਦੇ ਗੀਤ ਆਉਂਦੇ ਨੇ ਸੋ ਹੁਣ ਵੀ ਇੱਕ ਉਹਨਾਂ ਦੀ ਨਵੀਂ ਐਲਬਮ ਆਈ ਹੋਈ ਹੈ ਮੁੰਡਾ ਟਰਬਨ ਵਾਲਾ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਦੇ ਹਾਂ ਸੁਖਜਿੰਦਰ ਸਿੰਧਾ ਪਾਜੀ ਨੂੰ ਪਾਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਦਜੀਤ ਸਿੰਘ ਜੀ ਸਭ ਤੋਂ ਪਹਿਲਾਂ ਵੀਰ ਭੈਣ ਬਜ਼ੁਰਗ ਜੋ ਵੇਖ ਰਹੇ ਹੈ ਬ੍ਰਿਟਿਸ਼ੀਅਨ ਨੂੰ ਤਮਾਮ ਦੁਨੀਆ ਦੇ ਵਿੱਚ ਉਸ ਨਾਲ ਚੀਜ਼ ਬੋਲੋ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਸੇ ਸਭ ਠੀਕ ਹੋਰ ਸੁਣਾਓ ਚੜ੍ਹਦੀ ਕਲਾ ਠੀਕ ਠਾਕ ਹੈ ਸ਼ੁਕਰ ਹੈ ਸਭ ਤੋਂ ਪਹਿਲਾਂ ਮੁਬਾਰਕਬਾਦ ਤੁਹਾਡੀ ਗੀਤ ਜਿਹੜੇ ਨੇ ਦਿਨ ਦਿਨ ਆ ਰਹੇ ਨੇ ਹਰ ਰੋਜ਼ ਜਿਹੜਾ ਗੀਤ ਆ ਰਿਹਾ ਤੁਹਾਡਾ ਬਹੁਤ ਵਧੀਆ ਵਧੀਆ ਗੀਤ ਕਰ ਰਹੇ ਹੋ ਮਿਹਰਬਾਨੀ ਦਲਜੀਤ ਸਿੰਘ ਜੀ ਤੇ ਕਾਫੀ ਇਹਦੇ ਵਿੱਚ ਮਿਹਨਤ ਟੀਮ ਵਰਕ ਹੁੰਦਾ ਜੀ ਤੇ ਲੱਗੇ ਆ ਤੇ ਮਾਲਕ ਦੀ ਕਿਰਪਾ ਨਾਲ ਬਹੁਤ ਸਾਰਾ ਪਿਆਰ ਮਿਲਿਆ ਸਾਰੀ ਦੁਨੀਆ ਦਾ ਜੀ ਜੀ ਪਹਿਲਾਂ ਦੀ ਤਰ੍ਹਾਂ ਮੈਂ ਇਹ ਦੇਖਦਾ ਵੀ ਉਹ ਕੁਝ ਵੀ ਉਹਦੇ ਵਿੱਚ ਚੇਂजेस ਨਹੀਂ ਆ ਆਪਾਂ ਦੇਖਦੇ ਆ ਵੀ ਉਸੇ ਤਰੀਕੇ ਦੀ ਆਵਾਜ਼ ਮਿਊਜ਼ਿਕ ਜੋਸ਼ ਤੇ ਜੀ ਜੀ ਤੁਹਾਡੀ ਲੁੱਕ ਵਾ ਦੇਖੀਏ ਹਨ ਸੋ ਸਾਰਾ ਕੁਝ ਮਤਲਬ ਕਿ ਉਸੇ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਚੱਲਦਾ ਆ ਰਿਹਾ ਇਹਦਾ ਕੀ ਰਾਜ਼ ਹੈ ਇਹ ਬਸ ਲੋਕਾਂ ਦਾ ਪਿਆਰ ਹੈ ਬਾਕੀ ਇਹ ਹੁੰਦਾ ਵੀ ਆਪਣੀ ਸਿਹਤ ਚਾਬੀ ਤੁਹਾਡੇ ਕੋਲ ਹੈ ਜੀ 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 ਜਿੰਨੀ ਕੁ ਨਹੀਂ ਕੁ ਬਧਾਨੀਆਂ ਜਿੰਨੀ ਘਟਾਨੀਆਂ ਸੋ ਬੰਦਾ ਸਾਬ ਨਾਲ ਚੱਲੇ ਖਾਣ ਪੀਣ ਦਾ ਥੋੜਾ ਵੀ ਐਕਸਰਸਾਈਜ਼ ਵੀ ਜ਼ਿੰਦਗੀ ਜ਼ਰੂਰੀ ਆ ਹਾਂ ਤੇ ਲੱਗੇ ਆ ਲੇਕਿਨ ਮੈਂ ਨਹੀਂ ਹੁੰਦੇ ਬਈ ਟਰੈਵਲਿੰਗ ਦੇ ਵਿੱਚ ਸਟੇਜਾਂ ਦੇ ਜਾਣਾ ਤੇ ਬੰਦਾ ਚਾਹਦਾ ਵੀ ਅੱਛਾ ਕੋਈ ਕੋਈ ਡਰੈਸ ਪਾਇਆ ਹੋਵੇ ਤੇ ਚੰਗਾ ਲੱਗੇ ਹਾਂ ਉਹਨੂੰ ਪਾਇਆ ਹੋਵੇ ਤੇ ਢਿੱਡ ਜਿਆ ਨਿਕਲੇ ਹੋਵੇ ਤੇ ਉਦਾਂ ਹੀ ਬੰਦਾ ਚੰਗਾ ਲੱਗਦਾ ਬਿਲਕੁਲ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਕਨੈਕਟਡ ਹੁੰਦੀਆਂ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਲੋਕਾਂ ਦਾ ਪਿਆਰ ਆ ਜੀ ਇਹ ਬੰਦੇ ਨੂੰ ਖੁਸ਼ ਖੁਸ਼ ਰਹੇ ਬੰਦਾ ਹਾਂ ਤੇ ਟੈਨਸ਼ਨ ਤੋਂ ਚਲੋ ਸਾਰੀ ਦੁਨੀਆ ਨੂੰ ਲੇਕਿਨ ਕੋਸ਼ਿਸ਼ ਕਰੇ ਵੀ ਟੈਨਸ਼ਨ ਦਿਲ ਤੇ ਨਾ ਲਾਵੇ ਇਹ ਗੱਲ ਹੈ ਡੈਫੀਨੇਟਲੀ ਡੈਫੀਨੇਟਲੀ ਬਿਲਕੁਲ ਬਿਲਕੁਲ ਇੱਕ ਬਾਕੀ ਇਹੀ ਹੈ ਵੀ ਇੱਕ ਆਰਟਿਸਟ ਜਦੋਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਵੀ ਕਾ ਆਰਟਿਸਟ ਦੇ ਲਈ ਲੁੱਕ ਵਾਈਜ਼ ਵੀ ਹੋਣਾ ਬਹੁਤ ਜ਼ਰੂਰੀ ਹੈ ਪਰਸਨਲਿਟੀਡ ਹੋਣਾ ਬੜਾ ਜ਼ਰੂਰੀ ਹੈਗਾ ਨਾ ਬਿਲਕੁਲ ਪਰਫਾਰਮ ਤੁਸੀਂ ਕਿਸ ਤਰ੍ਹਾਂ ਕਰਦੇ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੇ ਪਹਿਲੀਆਂ ਚ ਨਹੀਂ ਜਿਆਦਾ ਇਸੇ ਕਾ ਨਾ ਜੀ ਜਿਹੜਾ ਸਾਰੇ ਭਾਈ ਸਾਹਿਬ ਤੁਹਾਨੂੰ ਗਾਉਂਦੇ ਹੋ ਤੁਸੀਂ ਨਮਾਣਾ ਗਰੁੱਪ ਹਾਂਜੀ 85 ਦੇ ਵਿੱਚ ਤੇ ਉਦੋਂ ਬਾਜੇ ਦੇ ਨਾਲ ਬਸ ਹੈ ਨਾ ਤੇ ਇੱਕ ਕੋਰੀਅਨ ਪਲੇ ਤੇ ਢੋਲ ਕੇ ਦੇ ਗਾਈ ਜਾਂਦਾ ਬਸ ਇਸ ਤਰ੍ਹਾਂ ਹੁੰਦਾ ਹੈ ਗਾਣਾ ਬਿਲਕੁਲ ਇਹ ਟੇਬਲ ਰੱਖ ਕੇ ਇਦਾਂ ਉਹਦੇ ਤੇ ਬਾਜਾ ਰੱਖ ਕੇ ਪ੍ਰੋਗਰਾਮ ਕਰੋ ਜੀ 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 ਫਿਰ ਇਦਾਂ ਦੀ ਗੱਲ ਚੇਂਜ ਹੋ ਗਿਆ ਬਿਲਕੁਲ ਬਿਲਕੁਲ ਅੱਛਾ ਭਾਜੀ ਜਿਹੜੀ ਲੇਟੈਸਟ ਤੁਹਾਡੀ ਐਲਬਮ ਜਿਹੜੀ ਹੈ ਜਿਹਦੇ ਪੰਜ ਗਾਣੇ ਤੁਸੀਂ ਰਿਲੀਜ਼ ਕਰ ਚੁੱਕੇ ਹੋ ਮੈਂ ਸਿੱਧਾ ਉਧਰ ਆਉਣਾ ਹੈ ਨਾ ਬਹੁਤ ਖੂਬਸੂਰਤ ਗੀਤ ਮੁੰਡਾ ਟਰਬਨ ਵਾਲਾ ਹੈ ਨਾ ਤੁਸੀਂ ਮਤਲਬ ਕਿ ਇੱਕ ਟਰਬਨ ਦੀ ਸ਼ਾਨ ਦੇ ਬਾਰੇ ਗੱਲ ਕੀਤੀ ਉਹਦੇ ਵਿੱਚ ਤੇ 뮤직 ਜਿਹੜਾ ਹੈਗਾ ਬਹੁਤ ਵੱਡੇ ਲੈਵਲ ਦਾ ਜਿਹੜਾ 뮤직 ਕੀਤਾ ਦੀ ਗੱਲ ਕਰੀਏ ਉਹ ਬੜੀ ਖੂਬਸੂਰਤ ਬਣਾਈ ਹੈ ਤੇ ਆਪਾਂ ਜੀ ਇਸੇ ਗਾਣੇ ਤੋਂ ਸ਼ੁਰੂਆਤ ਕਰੀਏ ਤੇ ਜਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਇਹ ਦਿਲਜੀਤ ਸਿੰਘ ਗਾ ਲੈ ਇਹ ਗੀਤ ਜਿਹੜਾ ਲਿਖਿਆ ਬਲਵੀਰ ਬੱਪਰ ਆ ਜੀ ਅੱਛਾ ਕੀ ਬਾਤ ਹੈ वर्ल्ड ਫੇਮਸ 뮤직 ਰਾਈਟਰ ਕੰਪੋਜ਼ਰ ਜੀ ਉਹਨਾਂ ਨੂੰ ਦੇ ਦੇ ਗੇੜਾ ਸਾਰੀ ਦੁਨੀਆ ਦੇ ਵਿੱਚ ਹਾਂ ਬਿਲਕੁਲ ਤੇ ਉਹਨਾਂ ਸਾਰੀ ਦੁਨੀਆ ਨੇ ਗੇੜਾ ਦਿੱਤਾ ਜੀ ਹਾਂ ਜੀ ਬਿਲਕੁਲ ਤੇ ਬਲਵੀਰ ਜੀ ਸਾਰੇ ਬਹੁਤ ਪਿਆਰ ਉਹਦੇ ਨਾਲ ਮੈਂ ਕੈਨੇਡਾ ਪ੍ਰੋਗਰਾਮ ਕਰਨ ਗਿਆ ਸੀਗਾ ਹਾਂ ਤੂੰ ਅਕਸਰ ਫੇਰੇ ਸਾਡੇ ਵੱਡੇ ਵੀਰ ਬਾਬੀ ਨਾਗਰਾ ਜੀ ਉਥੇ ਉਹਦੇ ਕੋਲ ਆਦੇ ਹੁੰਦੇ ਮੈਂ ਉਹਨਾਂ ਕੋਲ ਰੁਕ ਜਾਂਦਾ ਵਾਹ ਜੀ ਵਾਹ ਤੇ ਬਲਵੀਰ ਆਇਆ ਮੈਂ ਕਿਹਾ ਬਲਵੀਰ ਜੀ ਇਹ ਹੈਗਾ ਵੀ ਕੋਈ ਸੱਪ ਕੱਢ ਕੇ ਦੇ ਮੈਨੂੰ ਅੱਛਾ ਕਹਿੰਦਾ ਐਦਾਂ ਕਰ ਮੈਨੂੰ ਦੋ ਦਿਨ ਦੇ ਹਾਂ ਹਾਂ ਤੇ ਜਦੋਂ ਆਇਆ ਨਾ ਕਹਿੰਦਾ ਮੈਂ ਗੀਤ ਹੁਣ ਲਿਖ ਲਿਆ ਤੇਰੇ ਵਾਸਤੇ ਫੇ ਇਹ ਚੀਜ਼ ਜੇ ਨਹੀਂ ਕਰਨਾ ਨਾ ਕੋ ਹੋਰ ਸੁਣਨਾ ਅੱਛਾ ਜੀ ਨਹੀਂ ਤੇ ਅਕਸਰ ਹੁੰਦਾ ਕੋਈ ਰਾਈਟਰ ਆਂਦਾ ਨਾ ਬੰਦਾ ਕਹਿੰਦਾ ਯਾਰ ਵੀ ਦੋ ਤਿੰਨ ਗੀਤ ਮੈਨੂੰ ਸੁਣਾ ਕੋਈ ਵੇਰੀਏਸ਼ਨ ਹੈ ਨਾ ਇਸ ਤਰ੍ਹਾਂ ਤੂੰ ਲਿਖ ਦੇ ਆ ਮੈਂ ਕਹਿੰਦਾ ਦਰਜੀ ਸੇ ਚਾਰ ਪੰਜ ਜਗੀਰ ਦਸਨਾ ਨਾ ਜੀ 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 ਉਹ ਕਹਿੰਦਾ ਇਹਦਾ অপਸ਼ਨ ਹੈ ਨਹੀਂ ਹੋਗਾ ਅੱਛਾ ਫਿਰ ਜੇ ਤੁਹਾਨੂੰ ਬੋਲ ਸੁਣਾਏ ਵੀ ਤੇਰੇ ਟਾਊਨ ਚ ਘੁੰਮਦਾ ਇਹ ਮੁੰਡਾ ਟਰਬਨ ਵਾਲਾ ਤੇ ਮੈਂ ਕਿਹਾ ਕਿ ਇਹਦੇ ਤੇਰੀ ਪਰਸਨੈਲਿਟੀ ਨੂੰ ਵੇਖ ਕੇ ਲਿਖਿਆ ਹੈ ਹਾਂ ਤੇ ਮੈਨੂੰ ਵੀ ਬਹੁਤ ਅੱਛਾ ਲੱਗਾ ਅੱਛਾ ਜੀ ਤੇ ਇਹਦੀ ਵੀਡੀਓ ਦਰਜੀਤ ਦਿਲਜੋਤ ਗਰਚਾ ਜੀ ਨੇ ਬਣਾਈ ਹੈ ਕੀ ਬਾਤ ਹੈ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਸ਼ੁਰੂ ਕੀਤੀ ਗਈ ਵਾਹ ਓਕੇ ਤੇ ਇਹ ਉਹਦੀ ਤੁਸੀਂ ਵੀਡੀਓ ਦੇਖੀ ਬਹੁਤ ਅੱਛਾ ਉਹਨਾਂ ਨੇ ਲੁੱਕ ਕੱਢਿਆ ਬਹੁਤ ਮਿਹਨਤ ਕੀਤੀ ਹੈ ਤੇ ਦਿਲਜੀਤ ਗਰਚਾ ਜੀ ਨੇ ਤੇ ਬਲਬੀਰ ਪੋਪਰਾ ਜੀ ਨੇ ਹਮ ਤੇ ਬਾਕੀ ਪਬਲਿਕ ਦੇ ਲੋਕੀ ਪਸੰਦ ਵੀ ਕਰ ਰਹੇ ਪਰ ਗੱਲ ਇਹ ਹੈ ਵੀ ਜਦੋਂ ਅਸੀਂ ਪ੍ਰੋਗਰਾਮਸ ਜਾਂਦੇ ਲੋਕੀ ਮੰਗਦੇ ਵੀ ਉਹ ਗੀਤ ਕਰਦੇ ਫਿਰ ਪਤਾ ਲੱਗ ਜਾਂਦਾ ਵੀ ਲੋਕੀ ਲਾਈਕ ਕਰ ਰਹੇ ਬਿਲਕੁਲ ਬਿਲਕੁਲ ਹਾਂ ਤੇ ਕੋਈ ਅੱਜ ਕੱਲ ਪਤਾ ਨਹੀਂ ਲੱਗਦਾ ਨਾ ਹਾਂਜੀ 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 ਬਿਲਕੁਲ ਬਿਲਕੁਲ ਅੱਜ ਕੱਲ ਜਿਵੇਂ ਆਪਾਂ ਦੇਖਦੇ ਵਿਊਜ਼ ਦੇ ਸਿਰ ਤੇ ਹਨ ਉਹ ਸਾਰੇ ਜਿਹੜੀਆਂ ਉਹ ਤੇ ਚਲੋ ਚੀਜ਼ ਤੈਨੂੰ ਪਤਾ ਕੋਈ ਜ਼ਿਆਦਾ ਹੀ ਨਹੀਂ ਮੈਨਾਂ ਰੱਖਦੀ ਉਹ ਤੇ ਚਲੋ ਜਿਸ ਤਰ੍ਹਾਂ ਤੁਹਾਨੂੰ ਸਾਰਾ ਪਤਾ ਹੀ ਆ ਹਾਂ ਤੇ ਗੱਲ ਇਹ ਹੈ ਵੀ ਜਦੋਂ ਕਿਸੇ ਚੁਚੀ ਜਾਂਦੇ ਆ ਫੰਕਸ਼ਨ ਦੇ ਵਿੱਚ ਜਾਂ ਕੋਈ ਪ੍ਰੋਗਰਾਮ ਦੇ ਵਿੱਚ ਤੇ ਲੋਕੀ ਅਨਾਉਂਸ ਕਰੇ ਵੀ ਯਾਰ ਕੋਈ ਸੁਣਾ ਦੇ ਮੁੰਡਾ ਤਰਪਨ ਵਾਲਾ ਹੂੰ ਹੂੰ ਤੇ ਫਿਰ ਉਹ ਬੜੀ ਖੁਸ਼ੀ ਉਹਦੇ ਵਿੱਚ ਉਹਨਾਂ ਨੇ ਸੁਣਿਆ ਤਾਂ ਹੈਗਾ ਡੈਫੀਨਿਟਲੀ ਤੁਹਾਡੀ ਵੀ ਤਰਪਨ ਕਹਿ ਬਾਕ ਅੱਜ ਮਨ ਮਜਾ ਆ ਗਿਆ ਤੁਹਾਡੀ ਤੁਹਾਡਾ ਗੀਤ ਸੁਣ ਕੇ ਨਾ ਭਾਜੀ ਮੈਂ ਫਿਰ ਉਸੇ ਤਰੀਕੇ ਦੀ ਵਾੜ ਕੇ ਆ ਹ ਬਹੁਤ ਅੱਛੀ ਬਾਤ ਥੈਂਕ ਯੂ ਤੋਂਗੇ ਦੇ ਵਿੱਚ ਬਲਵੀਰ ਸਿੰਘ ਨੇ ਤਰਪਨ ਵਾਲੇ ਦੀ ਸ਼ਾਨ ਲਿਖੀ ਆ ਇਹ ਸਭ ਕਲਾ ਮੈਂ ਨਹੀਂ ਯੂ ਵੀ ਪਗ ਅਗਲੀ ਪਹਿਨ ਦਾ ਕਿਹੜਾ ਬਾਤ ਮਹਾਰਾਜ ਬਿਲਕੁਲ ਬਿਲਕੁਲ ਇਹ ਸੱਚੀ ਪਤਾ ਨਿਸ਼ਾਨੀ ਹੈ ਭਾਜੀ ਇਹ ਗੀਤ ਜਦੋਂ ਆਉਂਦੇ ਨੇ ਨਾ ਇਹਨੂੰ ਦੇਖ ਕੇ ਯੰਗਸਟਰ ਜਿਹੜੇ ਨੇ ਫਿਰ ਉਹ ਉਹ ਆਕਰਸ਼ਿਤ ਹੁੰਦੇ ਨੇ ਉਹ ਵੀ ਆਪਾਂ ਵੀ ਕਰ ਸਕਦੇ ਹਾਂ ਕਿਉਂਕਿ ਤੁਸੀਂ ਦੇਖੋ ਹੁਣ ਯੂਕੇ ਦੇ ਵਿੱਚ ਨਵੇਂ ਸਟੂਡੈਂਟ ਆਏ ਆ ਸਾਰੇ ਪੱਗਾਂ ਵਾਲੇ ਨੇ ਸੋਈ ਤੁਹਾਡੇ ਗਾਣਿਆਂ ਦੀ ਬਦੌਲਤ ਹੈ ਕਿ ਇਹ ਸਾਰਾ ਕੁਝ ਹੋ ਰਿਹਾ ਆ ਬਾਕੀ ਇਹ ਆ ਅਗਲੀ ਜਨਰੇਸ਼ਨ ਨੂੰ ਵੀ ਪਤਾ ਲੱਗਦਾ ਨਾ ਜਿਸ ਤਰ੍ਹਾਂ ਤੁਸੀਂ ਕਹਿੰਦਾ ਵੇਖ ਕੇ ਵਕੀ ਇਹਦਾ ਮੈਂ ਨਾ ਕਿ ਤਸਤਾਰ ਬਣ ਲਈ ਤੇ ਕਦੇ ਇਹ ਨਹੀਂ ਵੀ ਮੈਂ ਸਰਦਾਰ ਹੈ ਗੱਲ ਤਾਂ ਅੰਦਰਲੀ ਹੈ ਵੀ ਦੇਖੋ ਇਹਦੇ ਨਾਲ ਕਈ ਚੀਜ਼ਾਂ ਅਟੈਚ ਆ ਕਿ ਇੱਜ਼ਤ ਕਰਨੀ ਵੱਡਿਆਂ ਦਾ ਸਤਿਕਾਰ ਕਰਨਾ ਕਿਸੇ ਨਾਲ ਗੱਲਬਾਤ ਕਿੱਦਾਂ ਕਰਨੀ ਆ ਕਿਸੇ ਦੇ ਪਗੜੀ ਹੋਵੇ ਨਾ ਬੰਦਾ ਸੋਚ ਕੇ ਗੱਲ ਕਰਦਾ ਇਹਦੇ ਨਾਲ ਜੀ 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 ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਕਹਿੰਦਾ ਕੋਈ ਤੁਹਾਨੂੰ ਮੁਖਾਤਬ ਹੋ ਰਿਹਾ ਹਾਂ ਤੇ ਕੋਈ ਨਹੀਂ ਕਹੂਗਾ ਹੈਨਾ ਜਿਸ ਕੋਈ ਕਟਿੰਗ ਕੀਤੀ ਹੋਵੇ ਤੇ ਜਿਹਨਾਂ ਮਾਰਦੇ ਓਏ ਬਿਲਕੁਲ ਮਾਫ਼ ਕਰਨਾ ਬਿਲਕੁਲ ਜੀ ਨੋਟ ਕੀਤੀ ਉਹ ਨਹੀਂ ਗੱਲ ਉਹ ਸੋਚ ਕੇ ਗੱਲ ਕਰੇਗਾ ਜੀ 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 ਸੋ ਆਪਣਾ ਵੀ ਫਰਜ਼ ਹੈ ਜੇ ਜਿੰਨ ਪਗੜੀ ਪਹਿਣੀ ਵੀ ਉਹ ਵੀ ਸੋਚ ਕੇ ਗੱਲ ਕਰੇਗਾ ਬਿਲਕੁਲ 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 ਹਾਂ ਤੋ ਇਹ ਗੱਲਾਂ ਤੇ ਭਾਜੀ ਬਿਲਕੁਲ ਸਹੀ ਨੇ ਜਿਵੇਂ ਹੁਣ ਆਪਾਂ ਦੇਖਦੇ ਨਾ ਅੱਜ ਦੁਨੀਆ ਦੇ ਵਿੱਚ ਪੱਗ ਦੀ ਗੱਲ ਚੱਲਦੀ ਐ ਕੋਈ ਉਹ ਸਮਾਂ ਸੀਗਾ ਜਦੋਂ ਇੱਕ ਰੇਸਿਜ਼ਮ ਵੀ ਸਿੱਕ ਲਈਏ ਹੈ ਨਾ ਹੁੰਦਾ ਸੀ ਇਹੋ ਜਿਹਾਂ ਕਟਨਾਮਾ ਹੋਣੀਆਂ ਸੋ ਇਹ ਗਾਣਿਆਂ ਦੀ ਬਦੌਲਤ ਮੈਂ ਤੇ ਬਹੁਤ ਵਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਰਦਾ ਹੁੰਦਾ ਐ ਕਿ ਮੈਨੂੰ ਇੱਕ ਕਰੀ ਕੋਈ ਬੰਦਾ ਉਹ ਕਹਿੰਦਾ ਵੀ ਮੁੰਡਾ ਜੀ ਪੱਗ ਵਾਲਾ ਹੋ ਜਾਂਦਾ ਤੇ ਵਧੀਆ ਨਹੀਂ ਮੈਂ ਕਿਹਾ ਟਰਬਨ ਇੰਦਾ ਆ ਵੀ ਅੰਗਰੇਜ਼ਾਂ ਨੂੰ ਵੀ ਪਤਾ ਲੱਗੇ ਨਾ ਉਹਨਾਂ ਟਰਬਨ ਦਾ ਪਤਾ ਯੇ ਹਾਂ ਬਿਲਕੁਲ ਨਹੀਂ ਪਤਾ ਉਹਨਾਂ ਨੂੰ ਟਰਬਨ ਦਾ ਪਤਾ ਹੂੰ 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 ਤੇ ਇਸ ਕਰਕੇ ਸਾਰਿਆਂ ਨੂੰ ਪਤਾ ਲੱਗੇ ਮਹ ਇਹ ਗੱਲ ਭਾਜੀ ਬਿਲਕੁਲ ਸੱਚੀ ਹੈ ਮੈਂ ਹੁਣ ਪਿਛਲੇ ਹਫਤੇ ਇਟਲੀ ਜਾ ਕੇ ਆਇਆ ਏਅਰਪੋਰਟ ਸਿਕਿਉਰਿਟੀ ਚੈੱਕ ਦੇ ਵਿੱਚ ਉਹਨੇ ਇਹਨੂੰ ਹੈਟ ਗਿਆ ਹੈ ਨਾ ਉਹਨੇ ਮੈਂ ਸਮਝਾਇਆ ਮਤਲਬ ਕਿ ਉਹ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਹੈ ਨਾ ਕਹਿੰਦੀ ਤੇਰੀ ਹੈਟ ਚੈੱਕ ਕਰ ਮੈਂ ਵੀ ਕਈ ਵਾਰੀ ਹੋ ਚੁੱਕੇ ਮੇਰੇ ਨਾਲ ਫਿਰ ਉਹ ਹੈਰਾਨ ਹੋ ਜਾਂਦੇ ਆ ਤੇ ਇਹ ਹੀ ਹਿਸਟਰੀ ਹੈ ਦੀ ਮੈਂ ਕਿਹਾ ਹਾਂਜੀ ਐਮਰਾ ਸਮਝੋ ਹਾਂ ਇਹ ਫੈਸ਼ਨ ਹੈ ਕੁਝ ਬਿਲਕੁਲ ਇਹਦੇ ਵਿੱਚ ਬਹੁਤ ਮੈਂ ਕਿਹਾ ਹਾਂ ਬਿਲਕੁਲ ਜੀ ਬਿਲਕੁਲ ਦਰਸ਼ਕੋ ਵਾਕਿਆ ਇਹ ਗੱਲਾਂ ਹੈਗੀਆਂ ਤੇ ਜੇ ਤੁਸੀਂ ਵੀ ਟਰਬਨ ਬੰਨਣ ਦੇ ਸ਼ੌਕੀਨ ਹੋ ਤੇ ਜ਼ਰੂਰ ਬੰਨਿਆ ਕਰੋ ਇਹ ਇੱਕ ਪੰਥਕ ਚੀਜ਼ ਜਾਂ ਧਾਰਮਿਕ ਚੀਜ਼ ਵੀ ਹੈ ਪਰ ਉਹਦੇ ਨਾਲ ਅੱਜ ਵੱਡਾ ਫੈਸ਼ਨ ਵੀ ਹੈ ਦੁਨੀਆ ਦੇ ਵਿੱਚ ਟਰਬਨ ਜਿਹੜੀ ਉਹ ਬਣ ਚੁੱਕੀ ਹੈਗੀ ਹੈ ਅੱਛਾ ਪਾਜੀ ਤੁਹਾਡਾ ਦੂਜਾ ਗੀਤ ਵੀ ਬੜਾ ਖੂਬਸੂਰਤ ਹੈ ਜਿਹੜਾ ਜਾਗੋ ਆਈ ਹੈ ਜੀ ਜੀ ਉਹ ਉਹਦੇ ਬਾਰੇ ਆਪਾਂ ਗੱਲ ਕਰੀਏ ਉਹ ਮਤਲਬ ਕਿ ਇਸ ਤਰ੍ਹਾਂ ਦਾ ਵੀ ਜਿਵੇਂ ਆਮ ਵਿਆਹਾਂ ਦੇ ਵਿੱਚ ਜਿਹੜੇ ਗੀਤ ਚੱਲਦੇ ਨੇ ਉਹ ਬੜਾ ਫੇਮਸ ਹੋ ਰਿਹਾ ਅੱਜਕੱਲ ਉਹਦੇ ਬਾਰੇ ਵੀ ਜ਼ਰੂਰ ਦੱਸੋ ਉਹਦੀ ਕੀ ਸੋਰੀ ਹੈ ਜੀ ਜੀ ਗੱਲ ਇਹ ਆ ਇਹ ਲਿਖਿਆ ਲਾਲ ਠੋਲੀ ਬਾਰੇ ਨੇ ਅੱਛਾ ਜੀ ਕੀ ਗੱਲ ਕੀ ਬਾਤ ਹੈ ਤੇ ਕਾਫੀ ਲੋਕਾਂ ਦੇ ਸੀ ਕਿਉਂਕਿ ਮੈਂ ਇੱਕ ਗੀਤ ਕਰਿਆ ਸੀ ਨਾਲ ਕਾ ਮੇਲੋ ਬਹੁਤ ਲੋਕਾਂ ਨੇ ਲਾਈ ਕਿ ਤਾਂ ਇਹ ਤਕਬੀਰ ਆ ਮਾਤੇ ਯਾ ਅੱਜ ਦਿਨ ਖੁਸ਼ੀਆਂ ਦਾ ਸਜਣਾ ਬਿਲਕੁਲ 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 ਇੱਕ ਵਿਆਹ ਤੇ ਵਾਜਦਾ ਸੋ ਮੈਨੂੰ ਕਹਿੰਗੀਆਂ ਦੀ ਫਰਮਾਇਸ਼ ਸੀ ਕਿ ਯਾਰ ਜਾਗੂ ਵਾਲਾ ਕੁ ਨਵਾਂ ਗੀਤ ਜਿਹੀ ਹੋਏ ਵੇ ਤੇ ਮੈਂ ਲਾਲ ਨੂੰ ਕਿਹਾ ਵੇ ਲਾਲ ਕੋ ਜਾਗੂ ਕਰਦੇ ਲੇਕਿਨ ਅਲੱਗ ਉਹਦੀ ਟਿਊਨ ਵੀ ਲੱਗ ਹੋਵੇ ਨਹੀਂ ਤੇ ਇੱਕ ਟਿਊਨ ਇੱਕ ਹੀ ਹੁੰਦੀ ਹੈ ਜੱਗੋ ਦੀ ਹਣਾ ਜੀ 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 ਹਾਂ ਜੱਟਾਂ ਜਾਗਵੇਂ ਵਈ ਹੁਣ ਜੱਗ ਗਈ ਆ ਚੂਮ ਪਰ ਚੱਲਦੇ ਰਹੇ ਬਿਲਕੁਲ ਮੈਂ ਕਿਹਾ ਅਲੱਗ ਟਿਊਨ ਹੋਵੇ ਤੇ ਇਹਦੀ ਗੱਲਬਾਤ ਵੀ ਅਲੱਗ ਕੁਝ ਵੈਸਟਰਨਾਈਜ਼ ਵੀ ਹੋਵੇ ਤੇ ਫਿਰ ਲਾਲ ਜੀ ਨੇ ਲਿਖਿਆ ਅੱਛਾ ਤੇ ਉਹਨੂੰ ਫਿਰ ਕੰਪੋਜ਼ ਕੀਤਾ ਗਿਆ ਤੇ ਬਹੁਤ ਬਹੁਤ ਵੀਡੀਓ ਪ੍ਰਵਿੰਦਰ ਪਿੰਕੂ ਜੀ ਨੇ ਅਪਕਮਿੰਗ ਡਾਇਰੈਕਟਰ ਅੱਛਾ ਮੈਂ ਚਾਹਨਾ ਵੀ ਦਿਲਚਸਪ ਹੈ ਨਵੇਂ ਬੰਤੇ ਉਹਨਾਂ ਨੂੰ ਵੀ ਚਾਂਸ ਮਿਲਣਾ ਚਾਹੀਦਾ ਕੀ ਬਾਤ ਹੈ ਕੀ ਬਾਤ ਹੈ ਸੋ ਇਹ ਵੀਡੀਓ ਹਮ ਉਹ ਕੰਫਿਊਜ਼ ਵੀ ਹੋ ਗਿਆ ਸੀਗਾ ਅੱਛਾ ਤੇ 150 ਬੰਦੇ ਸਾਹਮਣੇ ਸੈਟ ਦੇ ਕਿਉਂਕਿ ਡੇ ਨਾਈਟ ਸ਼ਿਫਟ ਹੁੰਦੀ ਹੈ ਉਹਦੇ ਤੇ ਬਿਲਕੁਲ ਹਾਂ ਕਿਉਂਕਿ ਰਾਤ ਦੇ ਵੀ ਲੈਣੇ ਆ ਤੇ ਇਨਸਾਈਡ ਵੀ ਲੈਣਾ ਨਾ ਕਿਉਂਕਿ ਜਾਕਬ ਤਾਂ ਰਾਤ ਨੂੰ ਨਿਕਲਣੀ ਆ ਹਾਂ ਹਾਂ ਸੋ ਇਸ ਕਰਕੇ ਬਹੁਤ ਮਿਹਨਤ ਕੀਤੀ ਇਹਨਾਂ ਵੀਡੀਓ ਤੇ ਬਹੁਤ ਸੋਹਣੀ ਬਣਾਈ ਹੈ ਤੇ ਇਹਦੇ ਵਿੱਚ ਲਾਲ ਵੀ ਜੀ ਵੀ ਆਪ ਵੀ ਆਇਆ ਅੱਛਾ ਉਹ ਆਪ ਵੀ ਆਏ ਨੇ ਹਾਂਜੀ ਜਿੱਥੇ ਲਾਲ ਅਸੌਲੀ ਵਾਲੇ ਦਾ ਨਾਮ ਆਉਂਦਾ ਤੇ ਬਗਾਦਾ ਲਾਲ ਜੀ ਨੂੰ ਹਾਂ ਹਾਂ ਤੇ ਮੈਂ ਚਾਹਨਾ ਸੀ ਵੀ ਲਾਲ ਜੀ ਉਹਨੂੰ ਮੈਂ ਕਿਹਾ ਵੀ ਜੇ ਤੂੰ ਵੀਡੀਓ ਬਣਾਵਾਂਗੇ ਤੈਨੂੰ ਆਣਾ ਪੈਣਾ ਤੇ ਬੰਦਾ ਜਲੰਧਰ ਰੋਣ ਲੈ ਕੇ ਆਏ ਨਾਲ ਬਹੁਤ ਖੁਸ਼ ਹੋਇਆ ਬਹੁਤ ਅੱਛਾ ਰਾਈਟਰ ਹੈ ਬਹੁਤ ਅੱਛਾ ਇਨਸਾਨ ਹੈ ਲਾਲ ਜੀ ਬਹੁਤ ਅੱਛੇ ਅੱਛੇ ਗੀਤ ਲਿਖੇ ਹਾਂ ਤੇ ਨਸ਼ਿਆਂ ਨੂੰ ਨਾ ਨਾ ਤਵਾਰੂ ਹਾ ਕਮਿਊਨਿਟੀ ਲੱਭਨੇ ਨਹੀਂ ਸੂਰ ਮੇ ਪੰਜਾਬ ਦੇ ਉਹ ਵੀ ਲਾਲਜੀ ਦਾ ਮਗਾਇਆ ਸੀ ਗੀਤ ਬੋੜਾ ਤੁਸੀਂ ਕਾਫੀ ਗੀਤ ਗਾਏ ਉਹਨਾਂ ਦੇ ਮੈਂ ਕਾਫੀ ਸੋਹਣੇ ਹੋਏ ਤੁਹਾਡੇ ਇਹ ਗੱਲ ਪਿਛਲੇ ਸੰਡੇ ਦੀ ਮੁੰਦੇ ਲੁੱਟੀਆਂ ਫੰਕਸ਼ਨ ਕਰਿਆ ਇਹ ਵੀ ਲਾਲਜੀ ਦਾ ਗੀਤ ਸੀਗਾ ਮੈਂ ਕਾਫੀ ਕਹਿੰਦਾ ਉਹਨਾਂ ਦੀ ਸਟੇਜਾਂ ਦੇ ਵੀ ਹੀ ਬਹੁਤ ਅੱਛਾ ਰਾਈਟਰ ਸੀਨੀਅਰ ਰਾਈਟਰ ਆ ਹਾਂ ਸੁਲ ਗਿਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਇਹ ਉਹਦੀ ਫਿਰ ਲਾਲਜੀ ਦੇ ਨਾਲ ਬਹੁਤ ਮਿਹਨਤ ਦੇ ਨਾਲ ਤੇ ਇਹ ਵੀਡੀਓ ਤਿਆਰ ਕੀਤੀ ਗਈ ਹੈ। ਕੀ ਬਾਤ ਹੈ ਕੀ ਬਾਤ ਹੈ। ਤੇ ਜੇ ਹੁਣ ਆਪਾਂ ਗੱਲ ਭਾਜੀ ਇਸ ਗੀਤ ਦੇ ਕੁਝ ਬੋਲਾਂ ਦੀ ਕਰੀਏ ਮੈਂ ਚਾਹੁੰਦਾ ਗੀਤ ਦੇ ਜਾਣ ਤੋਂ ਪਹਿਲਾਂ ਜੇ ਤੁਸੀਂ ਲਾਈਵ ਥੋੜਾ ਜਿਹਾ ਸੁਣਾ ਦਿਓ ਤੇ ਫਿਰ ਗੱਲ ਹੀ ਵੱਖਰੀ ਹੋ ਜਾਊਗੀ ਸਾਡੇ। ਸੁਣ ਬੰਜਲੀ ਤੋਂ ਬੋਲ ਪਿਆਰੇ ਕੁੜੀਆਂ ਨੇ ਜਗੋ ਕਟਣੀ ਕਿਸੇ ਨੇ ਚੱਕਦਾ ਕਿਸੇ ਨੇ ਜ਼ਾਫਾਂ ਕਈਆਂ ਪਾਏ ਸ਼ਰਾਰੇ ਕਈਆਂ ਪਾਏ ਗਰਾਰੇ ਚੰਦ ਨੂੰ ਲੈ ਕੇ ਤੋੜਣ ਆ ਗਏ ਅੰਬਰਾਂ ਦੇ ਵਿੱਚ ਤਾਰੇ ਅੰਬਰਾਂ ਦੇ ਵਿੱਚ ਤਾਰੇ ਘਰ ਤੋਂ ਜਾਗੋ ਤੋੜਨ ਲਗਿਆਂ ਲਗੀਆਂ ਤੇਲ ਚਵਾਇਆ ਨਾਨਕੀਆਂ ਨੇ ਛੱਜ ਤੋੜਨਾ ਜਿਹੜਾ ਕਲਮ ਘਵਾਇਆ ਪੂਰੇ ਧਰਮ ਵਾਲੇ ਕਰਨੇ ਮੁਲਾਲ ਜਾਗੋ ਆਈਆਂ ਜਾਗੋ ਆਈਆਂ ਓ ਲੱਕ ਹਿੱਲ ਦੇ ਪੀਟ ਦੇ ਨਾਲ ਜਾਗੋ ਆਈਆਂ ਜਾਗੋ ਆਈਆਂ ਕਹਿੰਦੇ ਭਗੜੇ ਢੋਲ ਦੇ ਨਾਲ ਜਾਗੋ ਆਈਆਂ ਜਾਗੋ ਆਈਆਂ ਤੇ ਤੁਹਾਡੇ ਨਾਲ ਲੌਂਗ ਦਾ ਲਸ਼ਕਾਰਾ ਜਿਹੜਾ ਪ੍ਰੋਗਰਾਮ ਸੀ ਕਮਲਜੀਤ ਮਾਨਾ ਵਾਲੇ ਇਹ ਰਿਕਾਰਡ ਦੇ ਹੁੰਦੇ ਸੀ ਰਿਕਾਰਡ ਸੋ ਉੱਥੇ ਵੀ ਆਪਾਂ ਪਰਫਾਰਮ ਕੀਤਾ ਸੀ ਤੁਹਾਡੇ ਨਾਲ ਵਾ ਵਾ ਕੀ ਬਾਤ ਮਹਾਰਾਜ ਜੀ ਸਰ ਇਹ ਪ੍ਰਾਣੀਆਂ ਯਾਰੀਆਂ ਨੇ ਤੇ ਰਸਤਮ ਮਹਾਰਾਜ ਤੁਸੀਂ ਮਹਾਰਾਜ ਹਰ ਫਲਮੌਲਾ ਮਹਾਰਾਜ ਐਸੇ ਰੱਬ ਦੀ ਕੀ ਕਹਿੰਦੇ ਹੁੰਦੇ ਆ ਕਿ ਮੇਰ ਹੈ ਕਿ ਅੱਜ ਤੁਹਾਡੇ ਨਾਲ ਬੈਠੇ ਹੋਇਆ ਕਦੇ ਸੰਗੜਾ ਬੰਦਾ ਕਿੱਥੇ ਕਿੱਥੇ ਬੰਦੇ ਨੂੰ ਮੇਰ ਹੈ ਬਿਲਕੁਲ 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 ਅੱਛਾ ਭਾਜੀ ਅਗਲਾ ਗਾਣਾ ਜਿਹੜਾ ਮੈਂ ਜਿਹਦੀ ਗੱਲ ਕਰਨੀ ਚਾਹੁੰਨਾ ਉਹਦੀ ਵੀ ਵੀਡੀਓ ਮੈਂ ਦੇਖੀ ਐ ਤੇ ਬਹੁਤ ਖੂਬਸੂਰਤ ਐ ਮੇਰਾ ਫੇਵਰਟ ਗੀਤ ਐ ਉਹ ਮੇਕ ਇਟ ਮਾਈਂਡ ਜਿਹੜਾ ਗੀਤ ਐ ਮੇਕ ਯੂਰ ਮਾਈਂਡ ਹਾਂਜੀ ਮੇਕ ਯੂਰ ਮਾਈਂਡ ਇਹਦਾ ਚਲੋ ਟਾਈਟਲ ਵੱਖਰੇ ਹੁੰਦੇ ਕਈ ਵਾਰੀ ਫਿਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਇਹ ਇਹ ਗੀਤ ਦੀ ਸਟੋਰੀ ਦੱਸੋ ਇਹ ਗੀਤ ਨੇ ਮੈਨੂੰ ਬਹੁਤ ਜਿਹੜਾ ਪਸੰਦ ਆਇਆ ਤੇ ਮੈਂ ਇਹਨੂੰ ਬਾਰ-ਬਾਰ ਰਿਪੀਟ ਦੇ ਉੱਤੇ ਗੱਡੀ ਦੇ ਵਿੱਚ ਵੀ ਸੁਣ ਰਿਹਾ ਕਾਫੀ ਦਿਨ ਹੋ ਗਏ ਐ ਇਹ ਮਹਾਰਾਜ ਇਹ ਗੀਤ ਇਹ ਲਿਖਿਆ ਸਵਰਗੀਆ ਸਤੰਤਰ ਕਾਲਾ ਜੀ ਓਏ ਹੋਏ ਹੋਏ ਅੱਛਾ ਜੀ ਹਾਂਜੀ ਤੇ ਇਹ ਗੀਤ ਇਹ ਮੇਰੇ ਕੋਲ ਕੁਝ ਸੱਚ ਦੱਸਾਂ ਵੀ 15 ਸਾਲ ਦਾ 15 ਕੀ ਬਾਤ ਹੈ 13 16 17 ਸਾਲ ਮੈਨੂੰ ਉਦੋਂ ਦਾ ਇੱਕ ਮੇਰੇ ਕੋਲ ਹੈ ਗੀਤ ਹਮਮ ਤੇ ਕਾਲਾ ਜੀ ਦਾ ਲਿਖਿਆ ਸੀਗਾ ਹਮ ਤੇ ਰਿਕਾਰਡ ਨਹੀਂ ਕੀਤਾ ਹੈਗਾ ਹਮ ਸੋ ਮੈਂ ਕਾਫੀ ਚਿਰ ਦਾ ਚਾਹਨਾ ਵੀ ਯਾਰ ਇਹ ਗੀਤ ਵਧੀਆ ਹਮ ਹੈਨਾ ਇਸ ਤੇ ਰਣੈਕਾ ਸਾਰੇਆਂ ਚੋਂ ਇੱਕੋ ਹੀ ਸਵਾਲ ਉੱਠਦਾ ਜਨਕਨਾਯਾਨ ਕੇ ਕਾਲੇ ਨੂੰ ਪੁੱਛਦਾ ਸਾਰਿਆਂ ਚੋਂ ਇੱਕੋ ਹੀ ਸਵਾਲ ਉੱਠਦਾ ਜਨਕਨਾਯਾਨ ਕੇ ਕਾਲੇ ਨੂੰ ਪੁੱਛਿਆ ਜੇ ਕਦੀ ਬਣ ਨਾ ਹੀ ਰਏ ਨੀ ਸੋਰੀਏ ਨੀ ਕਦੀ ਮੁਜ਼ਿੰਦ ਕੀ ਰਏ ਨੀ ਸੋਨੀਏ ਕਦੀ ਵਿੱਚ ਤੱਕਦੀ ਰਹਿ ਦੱਸ ਜਨਕੀ ਦੇ ਨਾਲ ਪਿਆਰ ਪਾਲਿਆ ਇਸ ਗੱਲ ਦਾ ਫੈਸਲਾ ਕਰ ਜਨਕੀ ਦੇ ਨਾਲ ਪਿਆਰ ਪਾਲਿਆ ਵਾਹ 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 ਬਹੁਤ ਖੂਬਸੂਰਤ ਗੀਤ ਆ ਪਾਜੀ ਬਹੁਤ ਖੂਬਸੂਰਤ ਗੀਤ ਆ ਇਹ ਮੈਨੂੰ ਬਹੁਤ ਪਸੰਦ ਆ ਇਹ ਗੀਤ ਹੈ ਨਾ ਮੈਂ ਬਾਰ ਬਾਰ ਸੁਣਦਾ ਥੈਂਕ ਯੂ ਮਹਾਰਾਜ ਪਾਜੀ ਦਲਜੀਤ ਸਿੰਘ ਸਤੰਦਰ ਕਾਲੇ ਨੇ ਜਿੰਨੇ ਵੀ ਗੀਤ ਲਿਖੇ ਮੇਰੇ ਵਾਸਤੇ ਵੀ ਨਾ ਉਹ ਜੀ ਆਜੀ ਵੀ ਵਾਸਤੇ ਵੀ ਪਾਜੀ ਵਾਸਤੇ ਮੈਂ ਕੰਪੋਜ਼ ਕੀਤੇ ਬਹੁਤ ਕਾਲੇ ਦੇ ਜਿਸ ਤਰ੍ਹਾਂ ਮੇਰਾ ਸੁਰਮਾ 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 ਨਾ ਨੀ ਪਾਕੇ ਤੁਰ ਨਾ ਤੁਰ ਨਾ ਤੁਰ ਨਾ ਇਹ ਵੀ ਕਾਲਾ ਜੀ ਦਾ ਲਿਖਿਆ ਹੈ ਸਾਡੀ ਗੱਲ ਤਾਂ ਸੋਹਣੀ ਐ ਸੁਣ ਜਾ ਸਾਡੀ ਗੱਲ ਤਾਂ ਸੋਹਣੀ ਐ ਸੁ ਕਾਲਾ ਜੀ ਨੇ ਬਹੁਤ ਹਿੱਟੇ ਟਿਕੀ ਦੀ ਨਾਲੇ ਮੈਂ ਇੱਕ ਗੱਲ ਕਹਾਂ ਜਾਂ ਕਾਲੇ ਦੀ ਉਹਨੂੰ ਵੀ ਪਾ ਇਨਾ ਫਾਸਟ ਰਾਈਟਰ ਮੈਂ ਜ਼ਿੰਦਗੀ 'ਚ ਨਹੀਂ ਮਿਲਿਆ। ਅੱਛਾ। ਕੀ ਰਹੀਆਂ ਨਾ ਗੱਡੀ 'ਚ ਮੈਂ ਨਾਲ ਬੈਠਾ ਤੇ ਮੈਨੂੰ ਸਾਰਾ ਗੀਤ ਲਿਖਾ ਦਿੰਦਾ ਹੈਗਾ। ਵਾਹ। ਕੀ ਬਾਤ ਹੈ। ਕਹਿੰਦਾ ਕਾਲਾ ਜੀ ਆਹ ਲਾਈਨ ਆ। ਹਾਂ ਆ ਲਿਖ ਇਦਾਂ ਵੀ ਇਨਾ ਫਾਸਟ। ਕੀ ਬਾਤ ਹੈ। ਜਾਂ ਫੋਨ ਦੇ ਉੱਪਰ। ਕੀ ਬਾਤ ਹੈ। ਕਾਲਾ ਜੀ ਵੀ ਕੋਈ ਕਾਈ ਦੀ ਰੈਟਿਓਨ ਹੈ ਇੱਕ। ਹਾਂ ਦੱਸ। ਹਾਂ ਹਾਂ। ਨਾ 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 ਇਹ ਵੱਡ ਜਾਂਦਾ ਹੈ। ਕੀ ਬਾਤ ਹੈ। ਉਹਦ ਤੀ ਉਹ ਫਾਸਟ ਬੋਲ ਸੀ ਕਹਉਦੀ। ਹਾਂ ਹਾਂ। ਹਾਂ ਹੈਨਾ ਜਦ ਹੀ ਪਿਕਅਪ। ਬਿਲਕੁਲ ਬਿਲਕੁਲ। ਫਿਰ ਮੈਂ ਜੀ ਇਹਨੂੰ ਕਹਿ ਵੀ ਤਾ ਤੇ ਕਹਿੰਦਾ ਕਾਲਾ ਜੀ ਆਹ ਲਾਈਨ ਜੀ ਆਪਾਂ ਚੇ ਉਸੇ ਵળે ਚੀਜ਼ ਵੀ ਹੋ ਜਾਣੀ ਕੀ ਬਾਤ ਆਪਸ਼ਨ ਵੀ ਦੇ ਦਿੰਦੇ ਨੇ ਵੀ ਇਦਾਂ ਵੀ ਹੋ ਸਕਦੇ ਇਦਾਂ ਵੀ ਹਾਂ 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 ਇਹ ਇਹ ਪ੍ਰਮਾਤਮਾ ਵੱਲੋਂ ਹੀ ਹੁੰਦਾ ਬਖਸ਼ਿਸ਼ ਹੈ ਨਾ ਜਿਵੇਂ ਆਪਾਂ ਦੇਖਦੇ ਹਾਂ ਬਹੁਤ ਸਾਰੇ ਰਾਈਟਰ ਨੇ ਹੁਣ ਤੁਹਾਡੇ ਕੋਲ ਮੈਂ ਤੁਹਾਡੇ ਦੇਖਦਾ ਹਾਂ ਉਹ ਤੁਸੀਂ ਜਿਹੜਾ 뮤ਜ਼ਿਕ ਦਿੱਤੇ ਆ ਪਾਸ ਦੇ ਵਿੱਚ ਹੈ ਨਾ ਉਹ ਅੱਜ ਤੱਕ ਸੁਣੇ ਜਾਂਦੇ ਉਸੇ ਤਰੀਕੇ ਦੇ ਨਾਲ ਭਾਵੇਂ ਕੋਈ 15 ਸਾਲ ਗੀਤ ਪੁਰਾਣਾ ਹੈ ਹੈ ਨਾ 15 ਸਾਲ ਪਹਿਲਾਂ ਤੁਸੀਂ ਬਣਾਇਆ ਹੋਇਆ ਗੀਤ ਹੈ ਉਹ ਅੱਜ ਵੀ ਉਸੇ ਤਰੀਕੇ ਨਾਲ ਚੱਲਦਾ ਤੇ ਇਦਾਂ ਲੱਗਦਾ ਵੀ ਅੱਜ ਦਾ 뮤ਜ਼ਿਕ ਹੈ ਉਹ ਕੋਸ਼ਿਸ਼ ਬਸ ਇਹੀ ਬਾਕੀ ਜੋ ਮਾਲਕ ਦੇ ਹੁਕਮ ਹੁੰਦਾ ਲੇਕਿਨ ਟੀਮ ਬਗ ਜਿਸ ਤਰ੍ਹਾਂ ਨਾ ਲੇਕਿ ਬੀਜੀ ਮੈਂ ਆਪ ਵੀ ਗਾ ਰਿਹਾ ਜਾਂ ਕਿਸੇ ਵਾਸਤੇ ਵੀ ਉਹਦੀ ਟਿਊਨ ਆ ਮੈਂ ਉਸੇ ਹਿਸਾਬ ਨਾਲ ਰੱਖਣੀ ਹੈ ਵੀ ਜੇ ਜਲਦੀ ਗਾ ਰਿਹਾ ਹਾਂ ਇਹਦੀ ਟਿਊਨ ਕਿਦਾਂ ਠੀਕ ਲਾਉਗੀ ਉਹਦੇ ਵਾਸਤੇ ਹੂੰ ਤੇ ਫਿਰ ਕਿਸੇ ਨੂੰ ਸਾਧ ਵੀ ਲਿਆ ਹੈ ਨਾ ਤੇ ਉਹਦੇ ਹਿਸਾਬ ਨਾਲ ਫਿਰ ਮੈਂ ਜੈਸਟ ਕਰ ਦਿੱਤਾ ਵੀ ਇਹਨੂੰ ਇਧਰੋਂ ਠੀਕ ਨਹੀਂ ਆ ਰਿਹਾ ਜਾਂ ਤੰਗੀ ਆ ਰਹੀ ਹੈ ਤੇ ਇਹਨੂੰ ਇਸ ਤਰ੍ਹਾਂ ਕਰ ਦਈਏ ਵੀ ਨਾ ਕਿ ਫਿਕਸ ਜੋ ਮੈਂ ਕੀਤਾ ਉਹੀ ਕਰਨਾ ਮੈਨਾ ਬਿਲਕੁਲ 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 ਹਾਂ ਹਿਸਾਬ ਨਾਲ ਅਡਜਸਟ ਕਰ ਦਿੱਤਾ ਹੈ ਸਿੰਗਰ ਤੰਗ ਨਾ ਹੋਵੇ ਠੀਕ ਹੈ ਨਾ ਅੱਛਾ ਕੁਝ ਜੇ ਮਚਾਵੇ ਤੇ ਉਹਨੂੰ ਸਿੱਧਾ ਆਪਾਂ ਜਦ 100 ਕਿਲੋ ਤੋਂ ਕਿਹਦੀ ਬੈਂਚ ਲਾ ਦੇਦਾ ਨਹੀਂ ਹੋ ਸਕਦਾ ਲਾ ਕੇ ਵੇਚੀ ਉਹਦੇ ਕੈਪੈਸਿਟੀ ਦੇ ਹਿਸਾਬ ਨਾਲ ਹੋਗੀ ਇਦਾਂ ਵੀ ਗੀਤ ਪੜਦੇ ਆ ਠੀਕ ਨੇ ਵੀ ਗਾਇਕ ਗਾਇਕ ਦੀ ਕਿੰਨੀ ਕੈਪੈਸਿਟੀ ਹੈ ਤੇ ਉਹਨਾਂ ਕਾ ਆਪਾਂ ਕੀ ਆ ਬਾਤ ਹੈ ਇਹਨੂੰ ਵੀ ਅੱਛਾ ਲੱਗੇ ਹਾਂ ਹੈਨਾ ਬਿਲਕੁਲ ਤੇ ਥੋੜੇ ਮਜ਼ਾ ਵੀ ਆਵੇ ਸਾਰੇ ਨਹੀਂ ਬਿਲਕੁਲ ਜੇ ਆਪਣੇ ਜੇ ਸਿੰਗਰ ਨੂੰ ਨਹੀਂ ਮਜ਼ਾ ਆਉਂਦਾ ਤੇ ਗਾਹ ਸਰੋਤਿਆਂ ਨੂੰ ਕਿੱਧਰ ਆਊਗਾ ਜੀ 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 ਇਹ ਗੱਲ ਹੁੰਦੀ ਹੈ ਨਾ ਗਾਉਂਦੇ ਆ ਵੀ ਮਤਲਬ ਸੁਆਦ ਆਉਣਾ ਚਾਹੀਦਾ ਹਾਂ ਜੇ ਵੀਡੀਓ ਚ ਮੈਨੂੰ ਨਹੀਂ ਵਧੀਆ ਲੱਗਦੀ ਫਿਰ ਲੋਕਾਂ ਨੂੰ ਕੀ ਵਧੀਆ ਲੱਗੂਗਾ ਹਮ ਹੈਨਾ ਬਿਲਕੁਲ ਪੁਆਇੰਟ ਹੈ ਭਾਜੀ ਇਹ ਗੱਲ ਬਿਲਕੁਲ ਬਿਲਕੁਲ ਅੱਛਾ ਮੇਕ ਯੂਰ ਮਾਈਂਡ ਜਿਹੜਾ ਭਾਜੀ ਗੀਤ ਹੈਗਾ ਤੇਰੀ ਵੀਡੀਓ ਸੱਚ ਮੈਂ ਦੱਸਣਾ ਚਾਹੁੰਦਾ ਇਹ ਜਸ਼ਨਪ੍ਰੀਤ ਜੇ ਅੱਜ ਵੀਰੇ ਟ੍ਰਾਂਟੋ ਤੋਂ ਸੋ ਅਲੱਗ ਅਲੱਗ ਸਿਟੀਆਂ ਦੇ ਵਿੱਚ ਸ਼ੂਟ ਕੀਤਾ ਹੈ। ਅੱਛਾ ਜੀ। ਤੇ ਇਹਦੇ ਵਿੱਚ ਨਿਕਾਇਆ ਕੁਟਲਿਟਨਮ ਟਾਊਨ ਹੈ ਟ੍ਰਾਂਟੋ ਦੇ ਵਿੱਚ। ਕਿਆ ਬਾਤ ਮੈਂ ਜਦੋਂ ਅਸੀਂ ਵੀਡੀਓ ਸ਼ੂਟ ਕੀਤੀ ਹੈ ਨਾ ਮੈਂ ਤੁਹਾਨੂੰ ਦੱਸਾਂ ਮੈਨੂੰ ਕੋ ਪੰਜ 10 ਬੰਦੇ ਬਸ ਐ ਨਕਵਾਇਟ। ਵਾਹ। ਅੱਛਾ। ਬਹੁਤ ਇਦਾਂ ਲੱਗਦਾ ਜਿਵੇਂ ਯੂਰਪ ਸ਼ੂਟ ਕੀਤਾ ਹੈ। ਮੈਨੂੰ ਕਈ ਪੁੱਛਦੇ ਵੀ ਯੂਰਪਸ ਕੀਤਾ ਮੈਂ ਕਿਹਾ ਨਹੀਂ ਕੈਨੇਡਾ ਜੀ ਕੀਤਾ। ਕਹਿੰਦੇ ਕੈਨੇਡਾ ਕੀ ਜਗ੍ਹਾ ਮੈਂ ਕਿਹਾ ਆ ਜਗ੍ਹਾ ਹੈ। ਹਾਂ ਹਾਂ। ਬਹੁਤ ਕੁਆਇਟ ਸ਼ਾਂਤ। ਵਾਹ ਜੀ ਵਾਹ। ਪਾਜੀ ਉਹ ਇਦਾਂ ਵੀਡੀਓ ਬਣੀ ਉਹਨੇ ਮੁੰਡੇ ਨੇ ਬਹੁਤ ਨਹੀਂ ਵੀਡੀਓ ਵੀ ਬਹੁਤ ਖੂਬਸੂਰਤ ਹੈਗੀ ਹੈ ਨਾ ਉਹਦੀ ਆਪਾਂ ਜਦੋਂ ਦੇਖਦੇ ਹਾਂ ਹਰ ਚੀਜ਼ ਜਿਹੜੀ ਹੈ ਪਰਫੈਕਟ ਤਰੀਕੇ ਨਾਲ ਫਿਲਮਾਈ ਹੋਈ ਹੈ 뮤зик 뮤зик ਇੱਕ ਨੰਬਰ ਹੈ ਨਾ ਤੁਹਾਡੇ ਆਵਾਜ਼ ਦੀ ਤਾਂ ਚਲੋ ਕੀ ਬਾਤਾਂ ਨੇ ਤੇ ਜਦੋਂ ਵੀਡੀਓ ਉਹਦੀ ਨਾਲ ਬਣ ਜਾਵੇ ਤਾਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਰਲ ਜਾਂਦੀਆਂ ਨਾ ਉਹ ਚੀਜ਼ ਆ ਜਾਂਦੀ ਹੈ ਸੋ ਪਾਜੀ ਸਾਡੇ ਦਰਸ਼ਕਾਂ ਨੂੰ ਵੀ ਗਾਣਾ ਬਹੁਤ ਪਸੰਦ ਆ ਜੀ ਇਹ ਬਹੁਤ ਮਿਹਰਬਾਨੀ ਜੀ ਸਿੰਘ ਜੀ ਦੇਖੋ ਅਸੀਂ ਜੇ ਬਣਾਇਆ ਤੇ ਲੋਕੀ ਲਾਈਕ ਕਰਨਗੇ ਫਿਰ ਹੌਸਲਾ ਵੱਧਾ ਠੀਕ ਹੈ ਡੈਫੀਨਿਟਲੀ ਜੀ ਹੋਰ ਕਰੀਏ ਲੇਕਿਨ ਸੋਚੇ ਆ ਵਾਸਤੇ ਬਣਾਇਆ ਹਮ ਹਮ ਹੈਨਾ ਕੋਈ ਵੀਡੀਓ ਆਪਾਂ ਇਹਨੇ ਪਿਕਚਰਾਇਜ਼ ਕਰਦੇ ਇਹਨੇ ਕੋਸਟਲੀ ਤੁਹਾਨੂੰ ਪਤਾ ਹੈ ਵੀਡੀਓ ਦੇਖ ਦੇ ਕੇ ਜੀ ਜੀ ਲੋਕਾਂ ਤੱਕ ਨਾ ਪਹੁੰਚਾਇਆ ਜਾਵੇ ਫਿਰ ਇਹ ਸੋ ਟੀਵੀ ਦਾ ਵੀ ਧੰਨਵਾਦ ਬ੍ਰਿਟਿਸ਼ੀਆ ਦਾ ਹੋਰ ਵੀ ਜਿਹੜੇ ਕਰ ਰਹੇ ਆ ਨਾ ਸਪੋਰਟ ਮੈਨੂੰ ਨਹੀਂ ਇਕੱਲੇ ਨੂੰ ਹੋਰ ਵੀ ਅੱਛੇ ਅੱਛੇ ਗਾਇਕਾਂ ਨੂੰ ਜਾਂ ਹੋਰ ਨਵੇਂਆਂ ਨੂੰ ਵੀ ਸਪੋਰਟ ਮਿਲਣੀ ਚਾਹੀਦੀ ਸਭ ਨੂੰ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ ਭਾਜੀ ਅੱਛਾ ਤੁਹਾਡੀਆਂ ਵੀਡੀਓਜ਼ ਆਪਾਂ ਗੱਲ ਤੁਸੀਂ ਕਰ ਰਹੇ ਹੋ ਕੋਸਟਲੀ ਬਣਦੀਆਂ ਬਿਲਕੁਲ ਡੈਫੀਨਿਟਲੀ ਮੈਂ ਸਾਰੀਆਂ ਵੀਡੀਓ ਤੁਹਾਡੀਆਂ ਹੁਣ ਤੱਕ ਦੇਖੀਆਂ ਨੇ ਬਹੁਤ ਵੱਡੇ ਲੈਵਲ ਦੀਆਂ ਵੀਡੀਓਜ਼ ਹੁੰਦੀਆਂ ਨਾ ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਚਲੋ ਯਾਰ ਗਾਣਾ ਕਰਨਾ ਤੇ ਸਾਰ ਲੋਕਾਂ ਨੂੰ ਬੜਾ ਮੋਟਾ ਕਰਕੇ ਇਹਦਾ ਕੀ ਰਾਜ਼ ਹੈ ਕਿ ਇਹ ਐਡੀਆਂ ਵੱਡੀਆਂ ਵੀਡੀਓ ਵੱਡੇ ਸੈੱਟ ਜਿਵੇਂ ਤੁਸੀਂ ਪਹਿਲਾਂ ਗਾਣਾ ਦੱਸਿਆ ਕਿ ਜਾਗੋ ਵਾਈ ਇਹਦੇ ਵਿੱਚ 150 ਬੰਦੇ ਸੀਗੇ ਉਹਦੇ ਵਿੱਚ ਸੋ ਇਹਦਾ ਇਹਦੇ ਬਾਰੇ ਜਰੂਰ ਦੱਸੋ ਦੇਖੋ ਜਿਸ ਤਰ੍ਹਾਂ ਦਿਲਜੀਤ ਸਿੰਘ ਜਾਗੋ ਦੇ ਉਤੇ ਜਸ ਬੰਦਿਆਂ ਨੇ ਵੀ ਕੱਢ ਸਕਦੇ ਲੇਕਿਨ ਸਵਾਦ ਹੋਰ ਆਊਗਾ ਹੂੰ ਨਾਲੇ ਅਸੀਂ ਪਹਿਲਾਂ ਵੱਡੇ ਵੱਡੇ ਵੀਡੀਓ ਮਤਲਬ ਬਣਾਏ ਆ ਤੇ ਲੋਕ ਚਾਹੁੰਦੇ ਆ ਕਿ ਹਾਂ ਵੀ ਉਸ ਦਾ ਫਲੇਵਰ ਮਿਲੇ ਹਨਾ ਹਾਂ ਸੋ ਇਸ ਕਰਕੇ ਉਹਨੂੰ ਲੈ ਕੇ ਵੀ ਮੈਂ ਕਹਿੰਦਾ ਵੀ ਪਾਵੇਂ ਗੀਤ ਘਟਾਣ ਲੇਕਿਨ ਕੁਆਲਿਟੀ ਦੇ ਆਉਣ ਤੇ ਵੀਡੀਓ ਵੀ ਅੱਛੀ ਹੈ ਕਿਉਂਕਿ ਵੀਡੀਓ ਇੱਕ ਲਾਈਫ ਵਾਸਤੇ ਫੈਂਦੀ ਹੈ ਇੱਕ ਚੀਜ਼ ਹਾਂ ਬਿਲਕੁਲ ਬਿਲਕੁਲ ਜੀ 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 ਇਹ ਨਹੀਂ ਵੀ ਅੱਜ ਬਣਾਤੀ ਦੇ ਜਦੋਂ ਮਰਜੀ ਤੁਸੀਂ ਵੇਖ ਸਕਦੇ ਆ ਤੇ ਅਗਲੇ ਨੂੰ ਮਜ਼ਾ ਆਵੇ ਜੀ ਜੀ ਸੋ ਇਹ ਚੀਜ਼ ਆ ਹੂੰ ਤੇ ਬਾਕੀ ਫੈਮਿਲੀ ਟਾਈਪ ਹੋਵੇ ਮੈਂ ਜ਼ਰੂਰ ਕਹਾਂਗਾ ਵੀ ਸਾਰੇ ਪਰਿਵਾਰ ਦੇ ਵਿੱਚ ਇਹ ਨਾ ਹੋਵੇ ਕਿ ਮਾਂ ਭੈਣ ਨੂੰ ਅੱਖਾਂ ਨੀਵੀਆਂ ਕਰਨਾ ਪੈਣ ਜਾਂ ਇੱਕ ਬੰਦੇ ਨੂੰ ਕਮਰਾ ਛੱਡ ਕੇ ਜਾਣਾ ਪਵੇ ਜੀ 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 ਸੋ Kerana kultur itu sangat rendah. Ha, definitely. Jadi, ਇਸੀ ਤਰ੍ਹਾਂ ਲੈ ਕੇ ਪਰਫੁੱਲਟ ਕਰੀਏ ਬਿਲਕੁਲ ਦੂਸਰੇ ਲੋਕ ਵੀ ਜਦੋਂ ਦੇਖਦੇ ਆ ਸਾਡੀ ਦੂਸਰੀਆਂ ਕਮਿਊਨਿਟੀਆਂ ਦੇ ਲੋਕ ਉਹ ਵੀ ਦੇਖਦੇ ਆ ਭਾਈ ਇਹ ਪੰਜਾਬੀ 뮤직 ਹੈ ਤੇ ਇਹਦੇ ਵਿੱਚੋਂ ਸਾਨੂੰ ਕੁਝ ਵਧੀਆ ਮਿਲੂਗਾ ਤੇ ਇੱਕ ਜਬ ਵਾਇਲੈਂਸ ਵਾਲੇ ਉਹ ਵੀ ਮੈਂ ਬਹੁਤ ਘੱਟ ਕਬਲ ਤਾਈ ਗਾਇਆ ਨਹੀਂ ਅੱਛਾ ਓਕੇ ਫਿਰ ਬਾਦ ਦੇ ਮਾ ਕੇ ਟਾਂਗ ਦਾ ਗੀਤਾਂ ਦੇ ਮੈਂ ਮੈਂ ਕਹਿੰਦਾ ਸਾਡੇ ਕੋਲ ਬਹੁਤ ਹੋਰ ਸਾਰੇ ਟੌਪਿਕ ਆ ਕਿਉਂ ਉਹ ਪੈਟਰਨ ਕਰਨ ਦੀ ਲੋੜ ਹੈ ਨਾ ਬਿਲਕੁਲ 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 ਵਾਕਿਆ ਭਾਜੀ ਇਹ ਗੱਲਾਂ ਤਾਂ ਹੈਗੀਆਂ ਨੇ ਬਹੁਤ ਇਹਦੇ ਨਾਲ ਫਿਰ ਮਾਹੌਲ ਵੀ ਸਮਾਜ ਵੀ ਉਸ ਤਰ੍ਹਾਂ ਦਾ ਬਣਦਾ ਹੁੰਦਾ ਹੈਗਾ ਨਾ ਇਹ ਤੁਸੀਂ ਦੇਖੋ ਬੜਾ ਕੁਝ ਚੇਂਜ ਹੋਇਆ ਤੇ ਉਹ ਗਲੇ दारू ਵੀ ਪੀਤੀ ਆ ਤੇ ਕੀ ਉਹਨਾਂ ਦੇ ਮੈਸੇਜ ਕੋ ਅੱਛਾ ਨਾਲ ਕੀ ਮੈਸੇਜ ਜਾਊਗਾ ਤੇ ਕੀ ਹੋ ਸਕਦਾ ਫਿਰ ਉਹਨਾਂ ਦੀ ਭੈਣਾਂ ਵੀ ਆ ਸਾਰੇ ਮਾਮਾ ਵੀ ਆ ਹਾਂ ਜੀ 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 ਉਸ ਕਰਕੇ ਮੈਂ ਘਾਟੀ ਮੇਰਾ ਉਸਤਾਦ ਜੀ ਦਾ ਵੀ ਹੁਕਮ ਸੀਗਾ ਵੀ ਗੀਤ ਸਾਫ ਸੁਥਰੇ ਗਾਣੇ ਕੀ ਬਾਤ ਹੈ ਕੀ ਬਾਤ ਹੈ ਤੇ ਉਹਨਾਂ ਦੀ ਬਖਸ਼ੀਸ਼ ਹੈ ਇੱਥੇ ਮਜਰੂਰ ਉਹਨਾਂ ਦਾ ਨਾਮ ਕਲਦੀਪ ਸਿੰਘ ਮਥਾਰੋ ਜੀ ਹਮ ਉਸਤਾਦ ਲਾਲ ਸਿੰਘ ਪੱਟੀ ਜੀ ਗੌਰਮੈਂਟਿਸਟ ਬੋਲਦੇ ਆ ਅੱਜ ਕੱਲ ਕੈਲੀਫੋਰਨੀਆ ਨੇ ਕੀ ਬਾਤ ਹੈ ਉਸਤਾਦ ਜੀਤ ਸਿੰਘ ਮਤਲਚੀ ਸੈਡਗੀ ਗੁਰੂ ਜੀ ਤੇ ਸਵਰਗਿਆ ਬਲਦੇਵ ਸਿੰਘ ਨਰੰਗ ਸੈਡਲੀ ਦੁਨੀਆ ਤੋਂ ਚਲ ਗਏ ਸਤਿਗੁਰੂ ਨੇ ਚਰਨਾਂ ਅੱਸ ਬਸ ਬਖਸ਼ੀ ਇਹਨਾਂ ਦੀ ਬਖਸ਼ਿਸ਼ ਆ ਤੇ ਮੇਰੇ ਵੱਡੇ ਭਾਈ ਸਾਹਿਬ ਸਵਰਗਿਆ ਮੋਹਨ ਸਿੰਘ ਨਮਾਨਾ ਜੀ ਪਿਤਾ ਜੀ ਸਵਰਗਿਆ ਸਰੂ ਸਿੰਘ ਧਮਾਈ ਇਹਨਾਂ ਦੀ ਬਖਸ਼ਿਸ਼ ਆ ਤੇ ਜੋ ਵੀ ਨਿੱਕਾ ਮੋਟਾ ਆਦਾ ਕੀ ਬਾਤ ਆ ਕੀ ਇਹਨਾਂ ਨੇ ਹਮੇਸ਼ਾ ਮੇਰਾ ਫਰਜ਼ ਹੈ ਜੀ ਉਹਨਾਂ ਸਚਾਈ ਹੈ ਬਈ ਉਹਨਾਂ ਦੇ ਬਦੌਲਤ ਮੈਂ ਇੰਨੇ ਕਾ ਮੋਟਾ ਜੁਗਾ ਰਿਹਾ ਬਿਲਕੁਲ ਖੇਤਰ ਦੇ ਵਿੱਚ ਹੈ ਸਾਬ ਇਹਨਾਂ ਦੇ ਨਹੀਂ ਨੀ ਨਿਕਾ ਮੋਟਾ ਨਹੀਂ ਭਾਜੀ ਬਹੁਤ ਮੈਂ ਤੇ ਇਹ ਕਹਿਣਾ ਵੀ ਸਾਡੇ ਪੰਜਾਬ ਦੇ ਜਿਹੜੇ ਮਿਊਜ਼ਿਕ ਇੰਡਸਟਰੀ ਹੈਗੀ ਉਹਦੇ ਵਿੱਚ ਟਾਪ ਦੇ ਨਾਮ ਜਿਹੜੇ ਆਉਂਦੇ ਨੇ ਉਹਦੇ ਵਿੱਚੋਂ ਸੁਖਜਿੰਦਰ ਚਿੰਦਾ ਭਾਜੀ ਦਾ ਨਾਮ ਹੈ ਤੇ ਬਹੁਤ ਸਾਨੂੰ ਵੀ ਇਨਕਰਜਮੈਂਟ ਮਿਲਦੀ ਆ ਸੁਣਦਿਆਂ ਗੀਤ ਜਦੋਂ ਕਿਤੇ ਠੱਠੀ ਕਲਾ ਦੇ ਵਿੱਚ ਹੋਵੇ ਨਾ ਬੰਦਾ ਸੈਡ ਹੋਵੇ ਤੇ ਭਾਜੀ ਦੇ ਗੀਤ ਲਾ ਲਈਦੇ ਆ ਤੇ ਬਸ ਫਿਰ ਗੱਲਾਂ ਹੀ ਹੋਰ ਹੋ ਜਾਂਦੀਆਂ ਥੈਂਕ ਯੂ ਮਹਾਰਾਜ ਦਿਲਜੀਤ ਸਿੰਘ ਇਹ ਹੀ ਅਬੀ ਬੱਚਿਆਂ ਨੂੰ ਮਜਰੂਰ ਯੰਗਸਟਰਾਂ ਨੂੰ ਜੀ ਵੀ ਮਾਂ ਪਿਓ ਦਾ ਬਟੇਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਉਹਦੇ ਵਿੱਚੋਂ ਸਭ ਕੁਝ ਮਿਲਦਾ ਉਹਦੇ ਵਿੱਚੋਂ ਸਭ ਕੁਝ ਮਿਲਦਾ ਬਿਲਕੁਲ ਬਿਲਕੁਲ ਕਿਵੇਂ ਚੱਲ ਰਿਹਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਨਾ ਬਹੁਤ ਅੱਛਾ ਇੰਜੋਏ ਕਰ ਰਹੇ ਹਾਂ ਠੀਕ ਹੈ ਠੀਕ ਹੈ ਅੱਛਾ ਭਾਜੀ ਤੁਹਾਡੇ ਅਗਲੇ ਗਾਣੇ ਦੀ ਵੀ ਮੈਂ ਗੱਲ ਕਰਾਂ ਬੋਰਨ ਟੂ ਫਲਾਈ ਜਿਹੜਾ ਤੁਸੀਂ ਟਾਈਟਲ ਰੱਖਿਆ ਹੈ ਨਾ ਬੜਾ ਹੀ ਇਹ ਵੀ ਮਤਲਬ ਘੈਂਟ ਗੀਤ ਜਿਹੜਾ ਹੈਗਾ ਤੁਸੀਂ ਬਣਾਇਆ ਹੈ ਨਾ ਤੇ ਇਹਦੇ ਬਾਰੇ ਮੈਂ ਚਾਹੁੰਦਾ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਜੀ ਜੀ ਜਲਜੀਤ ਸਿੰਘ ਇਹ ਆਪੇ ਲਿਖਿਆ ਗੁਰਪ੍ਰੀਤ ਮਲ ਇਦਿਕਾ ਦੋ ਇਸ ਤਰ੍ਹਾਂ ਦੇ ਗਾਣੇ ਨਵੇਂ ਨਵੇਂ ਨੂੰ ਵੀ ਮੌਕਾ ਦੇਣਾ ਤੇ ਬਹੁਤ ਅੱਛਾ ਟੈਲੈਂਟ ਹੈ ਨਵੇਂ ਜੀ ਜੀ ਸੋ ਇਹ ਉਹਦਾ ਲਿਖਿਆ ਵੀ ਵਾਉਂਟ ਟੂ ਫਲਾਈ ਹੈ ਤੇ ਇਹ ਸ਼ੂਟ ਕੀਤਾ ਦੁਬਈ ਦੇ ਵਿੱਚ ਵਾਹ ਜੀ ਵਾਹ ਕਿਉਂਕਿ ਹੈਲੀਕਾਪਟਰ ਵਗੈਰਾ ਵੀ ਚਾਹੀਦੇ ਸੀ ਇਹਦੇ ਵਿੱਚ ਤੇ ਉਹ ਵਾਉਂਟ ਟੂ ਫਲਾਈ ਫਿਰ ਤਾਂ ਹੀ ਹੋਣਾ ਸੀਗਾ ਤੇ ਮਤਲਬ ਇਹ ਨਹੀਂ ਵੀ ਕੋਈ ਸ਼ੇਖੀ ਹੈ ਲੇਕਿਨ ਸਤਗੁਰੂ ਦੀ ਬਖਸ਼ੀ ਸੇ ਵੀ ਸਾਰੀ ਦੁਨੀਆ অলਮੋਸਟ ਹੂੰ ਬੀਨ ਓਵਰ ਆਲਮੋਸਟ ਆਲ ਓਵਰ ਦਾ ਵਰਲਡ ਜੀ ਇਹ ਗਾਣੇ ਵੀ ਜਾਣੇ ਕਰਕੇ ਹਾਂ ਨਹੀਂ ਮੈਂ ਕਿੱਥੇ ਜਾਣਾ ਹੈ ਹੂੰ ਇਹ ਬੰਦਾ ਇੱਕ ਜਗ੍ਹਾ ਜਾਂਦਾ ਦੋ ਜਗ੍ਹਾ ਬੱਥੇ ਹੈ ਨਾ ਡੈਫੀਨਿਟਲੀ ਬਿਲਕੁਲ ਸਤਿਗੁਰ ਦੀ ਕਿਰਪਾ ਹੈ ਆਲਮੋਸਟ ਆਲ ਓਵਰ ਨਾਲ ਇਹ ਮੈਂ ਮਾਲਕ ਦਾ ਸ਼ੁਕਰ ਕਰਦਾ ਹਾਂ ਵੀ ਹੂੰ ਤਿੰਨ ਚੀਜ਼ਾਂ ਥ੍ਰੀ ਥਿੰਗਸ ਜੀ ਵਨ ਆਈ ਸਟਾਰਟਡ ਆਫ ਹੂੰ ਐਜ਼ ਅ 뮤జిਸ਼ੀਅਨ ਠੀਕ ਹੈ ਹਾਂ ਕਿਸੇ ਨਾ ਤਬਲਾ ਵੀ ਆਣਾ ਹੈ ਕਿਸੇ ਨਾ ਢੋਲ ਕਿਸੇ ਨਾ ਹਾਰਮੋਨੀਅਮ ਤੇ ਮੈਨੂੰ ਫਿਰ ਸਾਡੇ ਭਾਈ ਸਾਹਿਬ ਦੇ ਜਦੋਂ ਗਰੁੱਪ ਸੀ ਕਹਿੰਦੇ ਕਿਸੇ ਨੂੰ ਨਹੀਂ ਮਿਲਣਾ ਕਹਿੰਦਾ ਯਾਰ ਵੀ ਮੋਨੀ ਦੇ ਬੋਈ ਨੂੰ ਲੈ ਜਾਓ ਅੱਛਾ ਸਾਡਾ ਬਰਦਾ ਬਰਾ ਤੇ ਬੋਈਆਂ ਸੀ ਤੇ ਉਹ ਕਵਰ ਅਪ ਕਰ ਦੇਗਾ اچھا ਮੈਨੂੰ ਕਿਸੇ ਲਈ ਲਾਇਰ ਟੂਲਕ ਦੇ ਤਬਲੇ ਦੇ ਕਿਸੇ ਨੇ ਅਪ ਕੀ ਬਾਜੇ ਦੇ ਲਈ ਜਾਣਾ ਵੀ ਟਾਈਮ ਪਾਸ ਕਰਨ ਨੂੰ ਹਾਂ ਹਾਂ ਹੈਨਾ ਫਿਰ ਮੈਂ ਰਿਕਾਰਡਿੰਗਸ ਵੀ ਆਨ ਲਾ ਪਿਆ ਜੀ ਉਹਦੋਛ ਵੀ ਬਹੁਤ ਮਾਲਕ ਦੀ ਕਿਰਪਾ ਨਾਲ ਪਤਾ ਨਹੀਂ 10-10 ਰਿਕਾਰਡਿੰਗਾਂ ਵੀ ਕਰਦਾ ਰਹੇ ਦਿਨ ਕਿਸੇ ਨੂੰ ਤਬਲਾ ਚਾਹੀਦਾ ਕਿਸੇ ਨੂੰ ਟੂਲ ਕਿਸੇ ਨੂੰ ਹਾਰਮੋਨੀਅਮ ਜਾ ਕੇ ਵੀ ਆ ਜਾਣਾ ਇਹ ਕਹਿੰਦਾ ਵੀ ਬੈਕ ਵੋਕਲ ਵੀ ਕਰ ਦੇਣਾ ਮੈਂ ਕਹਿੰਦਾ ਚਲ ਠੀਕ ਹੈ ਕੀ ਬਾਤ ਹੈ ਤੇ ਆ ਵੀ ਕਰਦੇ ਜੋ ਵੀ ਚਾਹ ਹੁੰਦਾ ਨਾ ਠੀਕ ਹੈ ਮੈਂ ਐਕਸਟਰਾ ਪੈਸੇ ਮੰਗਦਾ ਹੈ ਜੋ ਵੀ ਕਹਿੰਦਾ ਮੈਂ ਕਰ ਦੇਣਾ ਅਗਲੇ ਨੂੰ ਓਕੇ ਤੇ ਇਹ ਕਹਿੰਦਾ ਵੀ ਆ ਵੀ ਚੀਜ਼ ਹੋ ਸਕਦੀ ਹੈ ਇਦਾਂ ਵੀ ਹਾਂ ਕਿਉਂਕਿ ਚਾਹ ਹੁੰਦਾ ਨਾ ਬਿਲਕੁਲ 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 ਤੇ ਉਦੋਂ ਵੀ ਬਹੁਤ ਸਤਗੁਰੂ ਨੇ ਕਿਰਪਾ ਕੀਤੀ ਸੀ ਮਿਊਜ਼ਿਕ ਹੌਲੀ ਹੌਲੀ ਕਰਨਾ ਪਿਆ ਉਹਦੇ 'ਚ ਵੀ ਬਹੁਤ ਸਤਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਜਦੋਂ ਮੈਂ ਆਪਣਾ ਫਿਰ ਸਿੰਘਿੰਗ ਦੇ ਵਿੱਚ ਆਇਆ ਤੇ ਉਦੋਂ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਵੀ ਸਾਰੇ ਵਰਲਡ ਦੇ ਵਿੱਚ ਜਿੱਥੇ ਮੈਂ ਐਜ਼ ਅ 뮤జిਸ਼ੀਅਨ ਗਿਆ ਸੀਗਾ ਹਾਂ ਆ ਟ੍ਰੈਵਲਡ 올 ਦਮ ਕੰਟਰੀਜ਼ ਵਿਦ ਮਾਈ ਓਨ ਗਰੂਪ ਵਿਦ ਮਾਈ ਓਨ ਵੈਂਟ ਸੋ ਮਾਲਿਕ ਦੀ ਬਹੁਤ ਸ਼ੁਕਰਾਨਾ ਤੇ ਉਸ ਜੀ ਉਹ ਕਾ ਦਾ ਪਿਆਰ ਕਰਕੇ ਨਹੀਂ ਤੇ ਬੰਦਾ ਇੱਕ ਫੀਲਸ ਹੁੰਦਾ ਨਾ ਤੇ ਉੱਥੇ ਸਾਰੀ ਲੈਂਦਾ ਨਾ ਉੱਥੇ ਮਤਲਬ ਸਾਰੀ ਉਮਰ ਕਰਦੇ ਆ ਲੇਕਿਨ ਅਸੀਂ ਸਾਰੀ ਚੀਜ਼ਾਂ ਸਤਿਗੁਰ ਦੀ ਕਿਰਪਾ ਨਾਲ ਬਿਲਕੁਲ ਬਖਸੀਸ ਹੈ ਤੇ ਲੋਕਾਂ ਦਾ ਪਿਆਰ ਨਹੀਂ ਤੇ ਤੇਰੇ ਸਾਹਮਣੇ ਆ ਜੀ 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 ਇਹ ਬੰਦਾ ਇੱਕ ਫੀਲ ਚ ਕੋਈ ਸਾਜ਼ ਬੰਦਾ ਸਾਰੀ ਉਮਰ ਸਾਜ਼ ਹੀ ਬਿਆਨ ਹਾਂ 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 ਹੈਨਾ ਬਿਲਕੁਲ ਬਿਲਕੁਲ ਮੈਂ ਤੁਹਾਡੇ ਢੋਲ ਬੀਟਸ ਸੁਣਦਾ ਰਿਹਾ ਹਾਂ ਬਹੁਤ ਪਹਿਲਾਂ ਦੀ ਜਦੋਂ ਉਹ ਗੱਲ ਆ ਗਈ ਉਹ ਆਉਂਦੀ ਨਹੀਂ ਆਣਾ ਮੈਂ ਦੇਖਦਾ ਰਿਹਾ ਕਿਆ ਬਾਤਾਂ ਨੇ ਨਾ ਫਿਰ ਜਦੋਂ ਮੈਂ ਸਰਚ ਕੀਤੀ ਨਾ ਮੈਨੂੰ ਪਤਾ ਨਹੀਂ ਸੀਗਾ ਨਾ ਉਹ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਬਾਜੀ ਉਹ ਮੈਂ ਜਦੋਂ ਸਰਚ ਕੀਤੀ ਕਹਿੰਦੇ ਇੰਗਲੈਂਡ ਤੋਂ ਨੇ ਸੁਖਜਿੰਦਰ ਚਿੰਦਾਵਰ ਹੈ ਨਾ ਤੇ ਮੈਂ ਕਿਹਾ ਵਾਹ ਸੋ ਉਹ ਰਿਕਾਰਡ ਤੁਸੀਂ ਕਰਦੇ ਰਹੇ ਹੋ ਉਸ ਵਜ੍ਹਾ ਹਾਂ ਸਾਰੇ ਮਤਲਬ ਜਿੱਦਾਂ ਉਹ ਸਭ ਹੈਨਾ ਲੱਗੇ ਰਹੇ ਤੇ ਫਿਰ ਬਾਕੀ ਜਿਹਨ ਮਾਲਕ ਨੇ ਐਸੀ ਅਕਸਿਸ ਕੀਤੀ ਹੈ ਤਾਂ ਹੁਣ ਮੈਂ ਸਾਰੇ ਵਰਲਡ ਬਿਜ਼ੀ ਰਹਿਣਾ ਤੇ ਕੈਨੇਡਾ ਅਮਰੀਕਾ ਕਰੇ ਹੈਨਾ ਇੰਡੀਆ ਜੀ ਲਗਾਤਾਰ ਪ੍ਰੋਗਰਾਮ ਚੱਲ ਰਹੇ ਚੱਲ ਰਹੀਂਦੀ ਹੈ ਮਤਲਬ ਹਾਂ ਬਸ ਬਹੁਤ ਲੋਕਾਂ ਦਾ ਸ਼ੁਕਰ ਹੈ ਮਾਲਕ ਦਾ ਹਾਂ 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 ਤੇ ਇਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਨੇ ਫੀਲਡ ਦੇ ਵਿੱਚ ਹੈਨਾ ਜੀ ਤੇ ਕਰ ਰਹੇ ਆ ਅੱਛੇ ਅੱਛੇ ਹੁਣ ਮੈਂ ਆਪਣੇ ਮਜੇ ਨਾਲ ਕੰਮ ਕਰ ਰਿਹਾ ਹਾਂ ਠੀਕ ਹੈ ਨਾ ਹੂੰ ਹੂੰ ਜਦੋਂ ਮੈਨੂੰ ਕੀਤਾ ਮੈਂ ਗੀਤ ਰਕਾਰ ਕਰਨਾ ਮ제 ਨਾ ਜੋ ਮੈਨੂੰ ਬਸੰਦਿਆ ਜੀ ਅਗਲੇ ਜਦੋਂ ਕੰਪਨੀਆਂ ਦੇ ਕਈ ਰਹਿੰਦੇ ਨੇ ਕੰਪਨੀ ਨੂੰ ਵੀ ਖੁਸ਼ ਕਰਨਾ ਇਦਾਂ ਹੁੰਦਾ ਸੀਗਾ ਨਾ ਹੁਣ ਤਾਂ ਮੈਂ ਆਪਣੇ ਚੈਨਲ ਤੇ ਕੱਢਦਾ ਗੀਤ ਬਿਲਕੁਲ ਬਿਲਕੁਲ ਸੋ ਫੀ ਆਪਨ ਸਬਸਕ੍ਰਾਈਬ ਟੂ ਦ ਚੈਨਲ ਪਲੀਜ਼ ਚੈੱਕ ਇਟ ਆਊਟ ਸੁਖਸ਼ੰਤਰ ਸ਼ਿੰਦਾ ਉਧੇ ਸੋ ਸਾਰੇ ਲਾਈਵ ਰਿਕਾਰਡਿੰਗਸ ਵੀ ਹੈਗੇ ਆ ਹਰਮੋਨੀਅਮ ਨਾ ਗਿਆ ਰਿਹਾ ਹਾਂ ਬਸ ਜੇ ਨਾ ਵਿਆ ਰਿਹਾ ਹਾਂ ਤੇ ਆ ਵੀਡੀਓਸ ਤਾਂ ਹੈਗੇ ਆ ਕੀ ਬਾਤ ਹੈ ਦਰਸ਼ਕੋ ਬਿਲਕੁਲ ਤੁਸੀਂ ਸਬਸਕ੍ਰਾਈਬ ਕਰ ਲਿਓ ਭਾਜੀ ਦਾ YouTube ਚੈਨਲ ਹੈ ਸੁਖਜਿੰਦਰ ਸ਼ਿੰਦਾ ਜਦੋਂ ਤੁਸੀਂ ਫਿਲ ਕਰਦੇ ਹੋ ਤਾਂ ਉਹ ਸਾ प्लीज ਹੋਣਗੇ اچھا پاજી گیت جڑا ਤੁਹਾਡਾ ਬੋਰਨ ਟੂ ਫਲਾਈ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆਂ ਮੈਂ ਚਾਹੁੰਨਾ ਕਿ ਲਾਈਵ ਜਿਹੜਾ ਸੁਣਾ ਦਿਓ ਕਿਉਂਕਿ ਉਹ ਤੁਹਾਡੇ سٹائل ਦਾ ਹੀ ਹੈ ਜਿਵੇਂ ਆਪਾਂ ਪਹਿਲੇ ਗਾਣੇ ਤੁਹਾਡੇ ਸੁਣਦੇ ਰਹੇ ਆਂ ਸੋ ਉਸੇ ਤਰੀਕੇ ਦਾ ਗਾਣਾ ਪਲੀਜ਼ ਸੁਣਾਇਓ ਸਾਡੇ ਜੀ دلجیت ਸਿੰਘ ਜਿਹੜਾ ਫਾਸਟ ਸਟਾਈਲ ਤੁਸੀਂ ਕਹਿੰਦੇ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਯੂਕੇ ਤੋਂ ਪੰਜਾਬ ਤੱਕ ਸਾਡੀ ਸਰਦਾਰੀ ਤੇਰੀ ਚਰ ਚੰਚ ਰਹਿੰਦੀ ਜੇ ਜਵਾਨੀ ਪੱਤਲੋਂ گوگل ਤੋਂ ਪੁੱਛ ਕੀ ਨਾ ਚੱਲਦਾ ਟ੍ਰੈਂਡ ਮਿਲੂ ਦੁਨੀਆਂ ਸਾਡੀ ਹੀ دیوانی ਪੱਤਲੋਂ ਸੁਨੰਦਨ ਦੇ ਵਿੱਚ ਰਹਿੰਦੀਆਂ ਕੁੜੀਆਂ ਸ਼ਹਿਦੋਂ ਮਿੱਠੀ ਖੰਡ ਦੀਆਂ ਪੁਰੀਆਂ ਇੰਸਟਾ ਤੇ ਕਮੀਨ ਕਹਾਵੇਂ ਹੂਰਾ ਜਿਹੀ ਹਸੀਨ ਖਾਵੇਂ ਬਿਲਬੋਰਡ ਜੱਟ ਬੱਜਦਾ ਕਾਨੂੰ ਪੰਗੇ ਲੈਂਦੀਆਂ ਟੁੱਟਕੂਏ ਨਾਲੋਂ ਜੱਤ ਦਿਖੇ ਕਾਨੂੰ ਜੱਤੀ ਇਹ ਕਹਿੰਦੀ ਐ ਪੂਰੀ ਲੁੱਕ ਤੇ ਠੁੱਕ ਲਾਸੀ ਨਹੀਂ ਉਹ ਰੱਖਦਾ ਮੱਤ ਸਿਆਸੀ ਆਰੀ ਨਾਵੇਂ ਜਿੱਥੇ ਸਿਰਾਨਾ ਨਿਭਾਈ ਐ ਬੱਲਿਏ ਨਹੀਂ ਜੱਟ ਬੌਣ ਤੂੰ ਫਲਾਈ ਐ ਬੱਲਿਏ ਨਹੀਂ ਜੱਟ ਨੇ ਰਾਹੀ ਤਵਾਈ ਐ ਬੱਲਿਏ ਨਹੀਂ ਜੱਟ ਪੌਣ ਤੂੰ ਫਲਾਈ ਐ ਬੱਲਿਏ ਨਹੀਂ ਜੱਟ ਨੇ ਰਾਹੀ ਤਵਾਈ ਐ ਵਾਹ ਜੀ ਵਾਹ ਜੀ ਵਾਹ ਕੀ ਰੰਗ ਬਣ ਦਤਾ ਭਾਈ ਇਹ ਇਨਾ ਫਾਸਟ ਮੈਂ ਉਹੀ ਦੇਖਦਾ ਨਾ ਪਰ ਚਲੋ ਰੈਪਰ ਹੈਗੇ ਆ ਨਾ ਅੱਜ ਕੱਲ ਮੁੰਡੇ ਰੈਪ ਕਰਦੇ ਆ ਪਰ ਤੁਸੀਂ ਤਾਂ ਬਹੁਤ ਪਹਿਲਾਂ ਇਹ ਚੀਜ਼ ਕਰ ਦਿੱਤੀ ਸੀਗੀ ਹਣਾ ਇਹਨੂੰ ਗਾਉਣਾ ਕਿੰਨਾ ਕੋਖਾ ਹੈਗਾ ਉਹ ਅੱਦਾ ਸੀਗੀ ਦਿਲਜੀਤ ਸਿੰਘ ਜੀ ਦੀ ਐਂਟਰੀ ਲਈ ਹੈ ਨਾ ਸੋਹਣੀ ਲੱਗਦੀ ਤੂੰ ਕੀਤਾ ਸੀ ਹਾਂਜੀ ਬਿਲਕੁਲ ਤੇ ਉਹ ਮੇਰੀ ਫਰਸਟ ਐਲਬਮ ਸੀਗੀ ਗੱਲ ਸੁਣ ਜਾ ਜੀ 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 ਹਾਂ ਤੇ ਉਹਦੇ ਵਿੱਚ ਚਿੱਤ ਕਰੇ ਸਾਂ ਜਿਨ੍ਹਾਂ ਦੇ ਬਾਰੇ ਤੇ ਗੱਲ ਦਾ ਸੋਹਣੀ ਸੁਣ ਜਾ ਹਨ ਬਹੁਤ ਸਾਰੇ ਗੀਤ ਉਹ ਤੁਹਾਨੂੰ ਲੋਕਾਂ ਨਾਲ ਪਿਆਰ ਹੋ ਗਿਆ ਹਮ ਹਮ ਤੇ ਉਹਦੇ ਵਿੱਚ ਮੈਂ ਸੋਚਿਆ ਵੀ ਯਾਰ ਕੁਝ ਨਵਾਂ ਵੀ ਹੋਣਾ ਚਾਹੀਦਾ ਨਾ ਮੇਰੇ ਵੱਲੋਂ ਹਾਂ ਐਜ਼ ਅ ਸਿੰਗਰ ਹੈ ਨਾ ਬਿਲਕੁਲ ਬਾਕੀ ਤੋਂ ਉਹਦੋਂ ਤਾਂ ਮੈਂ ਕਾਫੀ ਲੋਕਾਂ ਨਾਲ ਕੰਮ ਕਰ ਚੁੱਕਾ ਸੀ ਉਹਦਾਂ ਦੇ ਵੀ ਮੈਂ ਕਰ ਸਕਦਾ ਸੀ ਠੀਕ ਹੈ ਨਾ ਜੀ 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 ਕਿਉਂ ਨਾ ਜਿੱਦਾਂ ਮੈਂ ਤਿਆਰ ਕਰਦਾ ਜੇ ਉਸ ਵਾਸਤੇ ਵੀ ਮਗ ਤੇ ਲੇਕਿਨ ਮੈਂ ਸੋਚਦਾ ਵੀ ਕੁਝ ਮੇਰੀ ਆਪਣੀ ਆਇਡੈਂਟੀਟੀ ਹੋਣੀ ਚਾਹੀਦੀ ਸੀ ਸੋ ਇਹ ਚੀਜ਼ ਫਿਰ ਫਾਸਟ ਕਿਉਂਕਿ ਅਸੀਂ ਸ਼ੁਰੂਆਤ ਤਬਲੇ ਤੋਂ ਕੀਤੀ ਹੈ ਹਰਮੋਨੀਅਮ ਤੋਂ ਉਹਦੇ ਵਿੱਚ ਵੀ ਚੀਜ਼ਾਂ ਯਾਦ ਕਰਨੀਆਂ ਪੈਂਦੀਆਂ ਹਨਾ ਤਬਲੇ ਦੇ ਬੋਲ ਸਰਗਮਾ ਹਾਂ ਤੇ ਉਹਦੇ ਵਿੱਚ ਫਾਸਟ ਪਹਿਲਾਂ ਹੌਲੀ ਬੋਲ ਕੇ ਫਿਰ ਤਾਂ ਹੀ ਫਿਰ ਵੱਜਦੀਆਂ ਹਨਾ ਅੱਛਾ 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 ਜਿਸ ਤਰ੍ਹਾਂ ਕਿਰਦਾਤੇ ਕਿਰਦਾਤੇ ਕਰਦੀ ਤੇ ਕਿਹਨੇ ਦਾ 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 ਨਾ ਕਿਤਾ ਕਰਦਾ ਗੁਰਦੇਤਾ ਗੁਰਦੇਤਾ ਫਿਰਦਾ ਗੁਰਦੇਤਾ ਇਸ ਤਰ੍ਹਾਂ ਦੀਆਂ ਫਿਰ ਯਾਦ ਸੀ ਕਿ ਫਾਸਟ ਕਿਦਾਂ ਕੋਈ ਪ੍ਰੋਬਲਮ ਨਹੀਂ ਸੀ ਮੇਰੇ ਵਾਸਤੇ ਹਾਂ ਲਿਖਣ ਦੇ ਵਿੱਚ ਅਮਰਜੀਤ ਸਿੰਘ ਮੂਸਾਪੁਰੀ ਨੇ ਲਿਖਿਆ ਉਹਦੇ ਵਾਸਤੇ ਉਹਨੂੰ ਬਹੁਤ ਪ੍ਰੋਬਲਮ ਆਈ ਕਿਉਂਕਿ ਅੱਛਾ ਪੰਜਾਬੀ ਸਟਾਈਲ ਨਹੀਂ ਲਿਖਣ ਦਾ ਨਾ ਬਿਲਕੁਲ ਬਿਲਕੁਲ ਉਹੀ ਮੈਂ ਕਿਹਾ ਇੱਕ ਨਵੀਂ ਚੇਂਜਸ ਹੋ ਉਸ ਨਵੀਂ تھی ਸੀਗੀ ਹੁਣ ਜਦੋਂ ਸਟਾਈਲ ਹੈ ਕੀ ਫਾਰਮਟ ਹੁੰਦਾ ਹੈ ਸਤਾਈ ਅੰਤਰ ਇਹ 2 3 4 ਸੇਮ ਹੀ ਹੁੰਨੇ ਹਨ ਇਹਦੇ ਵਿੱਚ ਫਿਰ ਲੱਗ ਗਿਆ ਇਹਦਾ ਸ਼ੰਦਾਬੰਦੀ ਕਰਨੀ ਹੈ ਫਿਰ ਇਹਦੇ ਵਿੱਚ ਬਹੁਤ ਮੁਸ਼ਕਲ ਸਗੇ ਵਰਡ ਅچھے ਅچھے ਲੱਭਨੇ ਸੋ ਇਹ ਅਮਰਜੀਤ ਸਿੰਘ ਮੂਸਾਪੁਰੀ ਦਾ ਬਈ ਮੈਂ ਉਹਨਾਂ ਨੂੰ ਥੈਂਕ ਯੂ ਕਰਨਾ ਚਾਹਾਂ ਰਾਈਟਰ ਜਿਹੜੇ ਅਮਰਜੀਤ ਮੂਸਾਪੁਰ ਉਹਨਾਂ ਨੂੰ ਵੀ ਮਤਲਬ ਲਿਖਣ ਲੱਗੇ ਆ ਇਹਦੇ ਵਿੱਚ ਥੋੜੀ ਡਿਫਿਕਲਟੀ ਆਈ ਹੈ ਨਾ ਤੇ ਗਾਉਣ ਲੱਗੇ ਆ ਵੀ ਮਤਲਬ ਕਿ ਇੱਥੇ ਜ਼ੋਰ ਪੂਰਾ ਲੱਗਦਾ ਉਸ ਤੋਂ ਬਾਅਦ ਮਿਊਜ਼ਿਕ ਬੈਕਗ੍ਰਾਉਂਡ ਦੇ ਵਿੱਚ ਵੀ ਹੈ ਨਾ ਸੋ ਸਾਰੀਆਂ ਚੀਜ਼ਾਂ ਦਾ ਸੁਮੇਲ ਸੀ ਇਹ ਹਾਂ ਬਹੁਤ ਬਹੁਤ ਤੇ ਲੋਕਾਂ ਨੇ ਪਸੰਦ ਕੀਤਾ ਬਹੁਤ ਅਜੇ ਤੱਕ ਵੀ ਜਦ ਕਿ ਜਾਈਦਰ ਸ ਸੋ ਸ਼ਿੰਦਾ ਭਾਜੀ ਨੂੰ ਮੈਂ ਦੁਬਾਰਾ ਇੱਕ ਵਾਰ ਮੁਬਾਰਕਬਾਦ ਦੇਣੀ ਚਾਹੁੰਦਾ ਵੀ ਇਹਨੇ ਖੂਬਸੂਰਤ ਗੀਤ ਤੁਸੀਂ ਜਿਹੜੇ ਆ ਉਹ ਬਣਾ ਰਹੇ ਹੋ ਅੱਜ ਵੀ ਬਹੁਤ ਮਿਹਰਬਾਨੀ ਦਲਜੀਤ ਸਿੰਘ ਤੇ ਇਹ ਮੈਨੂੰ ਕਈ ਬੰਦੇ ਵੀ ਐਲਬਮ ਤੁਸੀਂ ਇੱਕਦਮ ਕਿਉਂ ਨਹੀਂ ਛੱਡੀ ਮੈਂ ਕਿ ਬਈ ਗੱਲ ਇਹ ਵੀ ਇਹਨਾਂ ਟਾਈਮ ਹੀ ਹੈਣੀ ਹਾਂ ਅੱਜ ਕੱਲ 3 ਮਿੰਟ ਕਰਨੇ ਵੀ ਔਖੇ ਹੋ ਗਏ ਬਿਲਕੁਲ ਬਿਲਕੁਲ ਬਸ ਤੇ ਨਾ ਉਹ 14 ਦੇ 15 ਸੈਕਿੰਡ ਦੇ ਵਿੱਚ ਠਾਠਾ ਹੋ ਜਵੇ 15 ਸੈਕਿੰਡ ਦੇ ਵਿੱਚ ਕੀ ਹੋਊਗੀ ਦੁਨੀਆ ਫਾਸਟ ਕਰ ਦਿੰਦੀ ਹੈ ਮੈਨੂੰ ਲੱਗਦਾ ਸੋਸ਼ਲ ਮੀਡੀਆ ਨੇ ਵੀ ਹੁਣ ਟਿਕਟੌਕ ਆ ਗਈ ਤੇ 30 ਸੈਕਿੰਡ ਦੀਆਂ ਬਣਾ ਕੇ ਛੱਡੀ ਬਿਲਕੁਲ ਜੀ ਬਿਲਕੁਲ ਵਾਕਈ ਜ਼ਮਾਨਾ ਜਿਹੜਾ ਹੈ ਉਹ ਬਦਲਦਾ ਜਾ ਰਿਹਾ ਨਵੀਂ ਟੈਕਨੀਕ ਨਵੇਂ ਚੀਜ਼ਾਂ ਦੇ ਨਾਲ ਜਿਹੜਾ ਹੈ ਉਹ ਮਿਲਾਪ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਜੀ 10 ਗੀਤ ਇਕੱਠੇ ਉਹ ਤਾਂ 5 ਦਿਨਾਂ ਚ ਖਤਮ ਹੋ ਜਾਂਦੇ ਸੀਗੇ। ਇੱਕ ਗੱਲ ਆ ਫਿਰ ਐਲਬਮ ਸੁਣ ਲਈ ਕਿਸੇ ਨੇ 2 ਮਿੰਟ ਸੁਣਨੇ ਸੀ ਕਿਸੇ ਨੇ 3 ਹੁਣ ਇੱਕ ਇੱਕ ਗੀਤ ਦਾ 2-2 ਵੀਕਾਂ ਬਾਅਦ ਤੇ ਮੇਰੇ ਸਾਲ ਬੈਟਰ ਆ। ਅੱਛਾ ਕਿੰਨੇ ਗੀਤ ਨੇ ਭਾਜੀ ਇਹਦੇ ਇਹਦੇ ਦੇ ਵਿੱਚ 10-12 ਗੀਤ ਹੋਣਗੇ ਐਲਬਮ ਦੇ ਅਲੱਗ-ਅਲੱਗ ਟੌਪਿਕਸ ਦੇ ਵਿੱਚ ਅਲੱਗ-ਅਲੱਗ 뮤직 ਅਲੱਗ-ਅਲੱਗ ਸਿੰਗਿੰਗ ਸਟਾਈਲ ਅੱਛਾ ਜੀ ਵੇਰੀ ਕਿਉਂਕਿ ਜਦੋਂ ਸੀਰੀਜ਼ ਜਦੋਂ ਸੀਰੀਆਂ ਦਾ ਯੁੱਗ ਸੀਗਾ ਨਾ ਬਹੁਤ ਮਜ਼ਾ ਆਂਦਾ ਸੀਗਾ। ਬੋਸ ਕਰਨ ਦਾ ਕਿਉਂਕਿ ਇਹਦੇ ਵਿੱਚ ਵੈਰੀਏਸ਼ਨ ਕੋਈ ਫੋਕ ਗੀਤ ਹੋ ਗਿਆ ਭੰਗੜੇ ਵਾਲਾ ਗੀਤ ਹੋ ਗਿਆ ਕੋਈ ਹਿਪ-ਹੌਪ ਦਾ ਹੋ ਗਿਆ ਕੋਈ ਡਾਂਸ ਸੌਲ ਹੋ ਗਿਆ ਬਹੁਤ ਸਾਰੇ ਤੁਸੀਂ ਵੈਰਾਈਟੀ ਦੇ ਸੀ ਦੇਖੇ ਹਨ ਜੋ ਕਿ ਸੁਣਦੇ ਸੀਗੇ ਹੁਣ ਫੇਕ ਗੀਤ ਦਾ ਕੋਸ਼ਿਸ਼ ਕੀਤੀ ਪਈ ਅਲੱਗ-ਅਲੱਗ ਸਟਾਈਲ ਦੇ ਵਿੱਚ ਕੋਈ ਫੋਕ ਆ ਗਿਆ ਜਿਸ ਤਰ੍ਹਾਂ ਹੁਣ ਡਾਂਸ ਸੌਲ ਆਇਆ ਤੇ ਆ ਟ੍ਰੈਪ 뮤직 ਸੀਗਾ ਜਿਹੜਾ ਬੋਨ ਟੂ ਫਲਾਈ ਹੈ ਜਾਂ ਗੋ ਟ੍ਰੈਡੀਸ਼ਨਲ ਸੀਗਾ ਸੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਵਹਰੇ ਇੱਕ ਫਲੇਵਰ ਵਾਹ 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 ਅੱਛਾ ਭਾਜੀ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਤੁਹਾਡਾ ਗੀਤ ਆਇਆ ਸੀਗਾ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਹੈਨਾ ਉਹਨੇ ਵੀ ਇੱਕ ਵਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਬਹੁਤ ਲੱਖਾਂ ਕਰੋੜਾਂ ਪਰਦੇਸੀਆਂ ਦੀ ਉਹ ਗੱਲ ਸੀਗੀ ਕਹਾਣੀ ਸੀਗੀ ਉਹਨਾਂ ਦੀ ਜੀ ਦਿਲ ਦੀ ਰਾਜ ਕਾਕੜਾ ਜੀ ਦਾ ਲਿਖਿਆ ਹੋਈ ਜੀ ਮਹਾਨ ਸਾਡੇ ਰਾਈਟਰ ਸਿੰਗਰ ਐਕਟਰ ਜੀ ਤੇ ਉਹ ਤੋਂ ਮਨਜੂਰ ਉਸਨਾ ਮਾ ਕੇ ਜਿੱਥੇ ਵੀ ਜਾਂਦਾ ਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਖਾਸ ਕਰਕੇ ਕੰਦਰੋਂ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਉਹਦਾ ਹੈਨਾ ਤੇ ਉਹਦਾ ਇਸ ਤਰ੍ਹਾਂ ਮੈਂ ਇੱਕ ਹੋਰ ਵੀ ਗਾਇ ਸੀਗਾ। ਉਹ ਖਾਸ ਕਰਕੇ ਸਟੂਡ ਨਾ ਵਾਸਤੇ ਸੀਗਾ। ਓਕੇ। ਜਿਹੜੇ ਇੰਡੀਆ ਤੋਂ ਕੈਨੇਡਾ ਜਾਂਦੇ ਆ, ਆਸਟ੍ਰੇਲੀਆ ਜਾਂ ਇੱਥੇ ਵੀ ਆ। ਹਾਂ। ਤੇ ਪਹਿਲੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਫਰਜ਼ ਹੈ ਉਹ ਸਾਡੇ ਭੈਣ ਭਰਾਵਾਂ ਦੇ ਉਹਨਾਂ ਦੀ ਮਦਦ ਕਰਕੇ ਜਿੰਨਾ ਵੀ ਕਰ ਸਕੀਏ। ਇਫ ਸਮਵਨ ਇਜ਼ ਸਟੇਬਲ ਇਨਫ ਤੇ ਉਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ। ਮੈਂ ਕਹਿੰਦਾ ਅਮਰੀਕਾ ਜਿੱਥੇ ਵੀ ਪ੍ਰੋਗਰਾਮ ਕਰਦੇ ਨਾ ਮੈਂ ਕਹਿੰਦਾ ਉਹਨਾਂ ਸਟੇਟ ਤੇ ਵੀ ਇਹਨਾਂ ਦੀ ਮਦਦ ਕਰਾਈਏ ਨਾ ਕਿ 500 ਡਾਲਰ ਤੇ 700 ਦਾ ਕਰਾਇਆ ਕਰ ਦਈਏ। ਹੂੰ ਜੀ ਕਿਉਂਕਿ ਆਪਾਂ ਵੀ ਡਿਕਾ ਤੋਂ ਆਏ ਸੀ ਕਿ ਸਾਡੇ ਬਜ਼ੁਰਗ ਵੀ ਆਏ ਸੀ ਕਿੰਨਾ ਸਟਰਗਲ ਹੈ। ਤੁਹਾਡੀ ਲਾਈਫ ਸਟੇਜ ਜਿਹੜੀ ਲੱਗੀ ਹੋਈ ਸੀ ਨਾ ਇੱਥੇ ਆਪਣੇ ਸਮੈਥਿਕ ਦੇ ਵਿੱਚ ਜਦੋਂ ਉਦੋਂ ਮੈਂ ਸੁਣ ਰਿਹਾ ਸੀਗਾ ਤੇ ਉਹ ਵੀ ਤੁਸੀਂ ਇਹੀ ਗੱ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲਿਆ ਬਾਹਰ ਲਿਆਂ ਵਿੱਚ ਨਾ ਦਰਜ ਕਰਾ ਲਿਆ ਚਾਹੇ ਕੀਤਿਆਂ ਬਹੁਤ ਹੀ ਔਡਿਕਾ ਨਹੀਂ ਆ ਲੈ ਜੱਟ ਕੈਨੇਡਾ ਚੱਲਿਆ ਆ ਲੈ ਜੱਟ इंग्लंड ਚੱਲਿਆ ਭੰਡ ਕੇ ਅਰੀ ਸ਼ਰੀਕਾਂ ਦੀ ਕੀ ਬਾਤ ਹੈ ਜਿਹੜੇ ਕਰਦੇ ਸੀ ਮੈਨੂੰ ਟਿਚਰਾ ਜਾ ਕੇ ਕਰੂਗਾ ਕੀ ਇਹ ਮਿੱਤਰਾ ਹਾਂ ਖਾ ਪੀ ਕੇ ਮੁਰਕੇ ਆ ਜੂ ਰਹਿ ਕੇ ਪੰਜ ਸੱਤ ਵੀਕਾਂ ਜੀ ਉਹ ਕੰਮ ਨਹੀਂ ਹੋਣਾ ਉਹ ਕਹਿੰਦੇ ਇਹ ਤੇ ਕਲੱਚ ਐਨ ਕੀ ਕਰਨਾ ਜਾ ਕੇ ਹਾਂ ਹਾਂ ਬਿਲਕੁਲ ਕੀਤਿਆਂ ਕੰਮ ਮਿਹਨਤ ਆਈਆਂ ਹਾਂ ਜਦ ਰਾਤ ਨੂੰ ਸ਼ਿਫਟਾਂ ਲਾਈਆਂ ਰਾਤ ਨੂੰ ਦੋ ਦੋ ਸ਼ਿਫਟਾਂ ਲਾਈਆਂ ਹਾਂ ਹੋ ਗਈਆਂ ਪਿੰਡ ਦੇ ਵਿੱਚ ਚੜਾਈਆਂ ਹਰ ਕੋਈ ਕਰੇ ਤਰੀਫਾਂ ਜੀ ਯਾਰ ਜੱਟ ਕੈਨੇਡਾ ਚਲੇ ਆ ਲੈ ਜੱਟ ਇੰਗਲੈਂਡ ਪਹੁੰਚ ਗਿਆ ਪੜ੍ਹ ਕੇ ਅੜੀ ਛੜੀ ਕਾ ਸੋ ਇਹ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਲੇਕਿਨ ਜ਼ਰੂਰ ਸਟੂਡੈਂਟਾਂ ਦੇ ਜਿੰਨਾ ਵੀ ਕੋਈ ਬੰਦਾ ਜੀ ਪੋਜੀਸ਼ਨ ਦੇ ਵਿੱਚ ਹੈਗਾ ਜੇ ਆਪ ਸਟਰਗਲ ਕਰਦੇ ਹੋ ਤਾਂ ਮੈਂ ਮੰਨਦਾ ਨਾ ਲੇਕਿਨ ਇੱਥੇ ਅੱਛੇ ਅੱਛੇ ਲੋਕ ਆ ਤੇ ਆਪਾਂ ਜੀ ਡੀਸੈਂਟਲੀ ਉਹਨਾਂ ਨੇ ਚੜੀਏ ਤੇ ਉਹ ਵੀ ਸੈੱਟ ਹੋਏ ਨੇ ਬਿਲਕੁਲ ਬਿਲਕੁਲ ਹਾਂ ਆਪਾਂ ਕਹੀਏ ਨੇ ਵੀ ਇੱਥੇ ਕਿਉਂ ਕਰਦੇ ਕਿਉਂ ਉੱਥੇ ਕੰਮ ਨਹੀਂ ਨਹੀਂ ਬਿਲਕੁਲ ਤਾਂ ਹੀ ਬਾਰ ਕੋਈ ਆਉਂਦਾ ਨਹੀਂ ਦੇਖੋ ਕੋਈ ਆਪਣੇ ਮਾਂ ਪਿਓ ਛੱਡ ਕੇ ਜਾਂ ਆਪਣੇ ਮੁਲਕ ਛੱਡ ਕੇ ਕੋਈ ਨਹੀਂ ਇਦਾਂ ਨਹੀਂ ਚਾਹੁੰਦਾ ਹੈਗਾ ਕੋਈ ਲੇਕਿਨ ਕੋਈ ਓਪਰਚੁਨਿਟੀ ਬੱਚਿਆਂ ਵਾਸਤੇ ਵੀ ਸਟੱਡੀ ਜਾਂ ਹੋਰ ਵੀ ਤੁਹਾਨੂੰ ਪਤਾ ਹੈ ਫਾਂ ਤੋ ਖੈਰ ਉੱਥੇ ਅਦਾ ਹਰ ਵੀ ਰਾਜ ਕੱਕੜਾ ਜੀ ਦਾ ਲਿਖਿਆ ਹਾਂ ਤੇ ਥੋੜੇ ਜਜ਼ਬਾਤੀ ਹੋ ਜੇ ਦਾ ਮਤ ਜੇ ਕੰਮ ਹੈ ਜਜ਼ਬਾਤਾਂ ਦਾ ਨਾ ਨਹੀਂ ਇਹੀ ਗੱਲਾਂ ਤੇ ਭਾਜੀਆਂ ਤੁਹਾਡੀਆਂ ਪਸੰਦ ਆਉਂਦੀਆਂ ਤੁਹਾਡੇ ਫੈਨਸ ਜਿਹੜੇ ਇਹ ਗੱਲਾਂ ਪਸੰਦ ਕਰਦੇ ਹਾਂ ਬੱਲੇ ਬੱਲੇ ਇਦਾਂ ਕਰਕੇ ਚੱਲ ਜਾ ਮਨ ਚੰਗੀ ਗਾਣੀ ਸਚਾਈ ਦੀ ਗੱਲ ਜਿਹੜੀ ਆ ਨਹੀਂ ਬਿਲਕੁਲ ਬਿਲਕੁਲ ਹਾਂ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾ ਦਿਆ ਯਾਰਾ ਕੌਣ ਕੌਣ ਹੁਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ ਪੁੱਲਦੀ ਨਹੀਂਓ ਪੁੱਲਦੀ ਨਹੀਂ ਖੁਸ਼ਬੋ ਵੀਰਿਆ ਕਰਦੀ ਕੱਢੀ ਦੀ ਪੁੱਲਦੀ ਨਹੀਂਓ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਹਾ ਵਾਤਾਂ ਭਾਜੀ ਕੀ ਬਾਤਾਂ ਉਹੀ ਮਾਹੌਲ ਮੈਨੂੰ ਚੇਤੇ ਆ ਗਿਆ ਉਹ ਗਾਣੇ ਵਾਲੀ ਉਹੀ ਸੇਮ ਸਾਰਾ ਕੁਝ ਜਿਹੜਾ ਹੈਗਾ ਉਹ ਅੱਜ ਤੁਸੀਂ ਦੁਬਾਰਾ ਜਿਹੜਾ ਦਿਖਾਇਆ ਥੈਂਕ ਯੂ ਇਹ ਬਹੁਤ ਰਾਜ ਕੱਕੜਾ ਜੀ ਕੀ ਬਾਤ ਜੀ ਉਹਨਾਂ ਦੀ ਕਿ ਹਮੇਸ਼ਾ ਕਹਿੰਦਾ ਉਹਨਾਂ ਵੀ ਰਾਈਟਰ ਤਾਂ ਬਹੁਤ ਜੋਗਦਾਨਾ ਗੀਤ ਦੇ ਵਿੱਚ ਹਮਮਮ ਸਟਾਰਟਿੰਗ ਰਾਈਟਰ ਤਾਂ ਹੁੰਦੀ ਹੈ ਵੀ ਜੀ ਦਸਲਸ਼ ਡੈਫੀਨਿਟ ਬਾਦ ਚ ਮਿਊਜ਼ਿਕ ਆਦਾ ਸਿੰਗਰ ਬਾਦ ਦੀ ਗੱਲਾਂ ਨੀਆਂ ਭਰੀਆਂ ਜਾਂਦੀਆਂ ਮਤਲਬ ਕਿ ਹਾਂ ਕਿਉਂਕਿ ਆਪਣੇ ਕੋਲ ਬੋਲ ਨਹੀਂ ਤੇ ਕੀ ਕਵਾਂਗੇ ਜੇ ਹੁਣ ਮੈਂ ਕਵਾਂ ਮੇਰੇ ਕੋਲ ਬਹੁਤ ਵਧੀਆ ਕੰਪੋਜੀਸ਼ਨ ਆ ਮੇਰੀ ਦੀਸ ਬਿਊਟੀਫੁੱਲ ਟਿਊਨ ਤ ਤ ਤ ਤ ਤ ਤ ਮੈਨੂੰ ਬੋਲ ਨਹੀਂ ਦੀ ਟਿਊਨ ਦੀ ਕੀ ਵੈਲਿਊ ਕੁਝ ਵੀ ਨਹੀਂ ਹੈ ਨਾ ਬਿਲਕੁਲ ਬਿਲਕੁਲ ਉਹ ਬੋਲਾ ਨਾ ਜਿਹੜਾ ਕੀਲਣਾ ਬੰਦੇ ਨੂੰ ਜਿਸ ਤਰ੍ਹਾਂ ਰਾਜ ਕਾਕਰ ਰਣਾ ਜੀ ਹੈ ਨਾ ਜਿਹਾ ਚਲਮਨ ਸਿੰਘ ਢੰਡਾ ਜੀ ਲਿਖਦੇ ਆ ਹਾਂ ਜੀ ਕੀ ਬਾਤ ਪਚੜਦੀ ਕਲਾ ਵਿੱਚ ਸੋਹਣੇ ਗ ਤੋਂ ਵੱਧ ਕੇ ਫਰਤੀਲੇ ਸਪੇਰਿਆਂ ਤੋਂ ਨਾ ਜਾਂਦੇ ਕੀਲੇ ਜਿਸੇ ਦਿਲਦਾਰਾਂ ਦੇ ਓਏ ਚੜਦੀ ਕਲਾ ਵਿੱਚ ਰਹਿੰਦੇ ਅਨਕੀਪਤ ਸਰਦਾਰਾਂ ਦੇ ਉਹ ਜੋਸ਼ ਆ ਜਾਂਦਾ ਨਾ ਬਿਲਕੁਲ ਜੀ ਬਿਲਕੁਲ ਨਹੀਂ ਕੀ ਆ ਬਾਤਾਂ ਨੇ ਭਾਜੀ ਬਹੁਤ ਖੂਬਸੂਰਤ ਗੀਤ ਨੇ ਜੇ ਆਪਾਂ ਇੱਕ ਇੱਕ ਗੀਤ ਜਿਹੜਾ ਹੈਗਾ ਉਹ ਦੁਬਾਰਾ ਸੁਣੀਏ ਨਾ ਤੇ ਕੀ ਆ ਉਹ ਆਨੰਦ ਉਹ ਵੱਜ ਜਾਂਦਾ ਹੈ ਉਹੀ ਸਮਾਂ ਜਿਹੜਾ ਹੈ ਜਦੋਂ ਭਾਜੀ ਦੇ ਗੀਤ ਆਉਂਦੇ ਹੁੰਦੇ ਹੁੰਦੇ ਸਿਰ ਹੁੰਦੇ ਹੁੰਦੇ ਸਾਰਾ ਕੁਝ ਯਾਦ ਜਿਹੜਾ ਉਸੇ ਤਰੀਕੇ ਨਾਲ ਆ ਜਾਂਦਾ ਭਾਜੀ ਗੱਲ ਕਰਦੇ ਆਪਾਂ ਇਹ ਗੀਤ ਦੀ ਜਿਹੜਾ ਬੱਲੇ ਬੱਲੇ ਗੀਤ ਹੈ ਅੱਜ ਰਿਲੀਜ਼ ਹੁੰਦਾ ਪਿਆ ਉਹ ਗੀਤ ਹੈ ਨਾ ਤੇ ਆਪਾਂ ਹੁਣੇ ਦੇਖ ਕੇ ਹਟਿਆ ਦਰਸ਼ਕੋ ਮੈਂ ਤੁਹਾਨੂੰ ਦੱਸ ਦਵਾਂ ਕਿ ਇੰਟਰਵਿਊ ਪ੍ਰੋਗਰਾਮ ਰਿਕਾਰਡ ਕਰ ਤੋਂ ਬੈਲਾ ਉਹ ਗੀਤ ਸੁਣਿਆ ਜਦੋਂ ਰਿਲੀਜ਼ ਹੋਇਆ ਜੇ 2-4 ਘੰਟੇ ਹੋਏ ਨੇ ਬਿਲਕੁਲ ਤਾਜ਼ਾ ਗੀਤ ਹੈਗਾ ਵਾਹ ਵਾਹ ਸੋ ਸੋ ਆਪਾਂ ਨਾਲੋ ਨਾਲ ਹੀ ਸੁਣ ਲਿਆ ਜੀ ਤੇ ਤੁਹਾਡੀ ਵਾਰੀ ਆ ਤੁਸੀਂ ਵੀ ਉਹ ਸੁਣਨਾ ਭਾਜੀ ਇਹ ਗੀਤ ਦੀ ਕਹਾਣੀ ਵੀ ਦੱਸਿਓ ਜੀ ਜੀ ਸਿਮ ਪਹਿਲੇ ਤੁਹਾਡੀ ਗੱਲ ਤੋਂ ਨਾ ਤਤਾ ਤਤਾ ਕੋਈ ਦਮਸਤੀ ਹੁੰਦੇ ਤੇ ਕਈ ਆਨੇ ਦੁਕਾਨ ਦੇ ਵਿੱਚ ਮੈਂ ਤਾਂ ਵਾਜੀ ਕੋ ਤਾ 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 ਕੀ ਚਲਾ ਰਿਹਾ ਹੈ ਜੀ ਉਹ ਮੈਂ ਕਹਿੰਦਾ ਹੀ ਚਲਾ ਰਿਹਾ ਯਾਰ ਇਹ ਗੱਲ ਥੋੜੀ ਸਹੀ ਹੈ ਸਮਰ ਹੀ ਸਾਂ ਗਿਆ ਜੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਸਮਰ ਡਾਂਸ ਹੋਲ ਫੀਲ ਆ ਤੇ ਮੈਂ ਸੋਚਿਆ ਹੁਣ ਸਮਰ ਤੇ ਜਾਣ ਲੱਗੀ ਹੈ ਇਹਨੂੰ ਗੀਤ ਨੂੰ ਕੱਢ ਦਿਓ ਕੀ ਬਾਤ ਹੈ ਸਮਰ ਆ ਡਾਂਸ ਹੋ ਲਿਆ ਤੇ ਬੱਲੇ ਬੱਲੇ ਹੋਊਗੀ ਨਹੀਂ ਮਟਿਆਰੇ ਲਿਖਿਆ ਨਿੰਦਰ ਮੋਰਾ ਵੜਿਆ ਬਹੁਤ ਅੱਛਾ ਰਾਈਟ ਕਰਿਆ ਬਿਲਕੁਲ ਹਾਂ ਜੀ ਹਾਂ ਜੀ ਸੁਣਿਆ ਉਹਦੇ ਆਪ ਵੀ ਗਾਣਾ ਅੱਛਾ ਹੋ ਤੇ ਮਾਲਕ ਉਹਨੂੰ ਵੀ ਤਰੱਕੀਆਂ ਬਖਸ਼ੇ ਵਾਹ ਵਾਹ ਵੇਖੋ ਸਭ ਟੀਮ ਨੂੰ ਇਹ ਵੀ ਐਡਸ ਹੂੰ ਐਡਸ ਨੇ ਵੀਡੀਓ ਸ਼ੂਟ ਕੀਤਾ ਅੱਛਾ ਸਾ ਜੀ ਨੇ ਸਾਡੇ ਅਮਨ ਜੀ ਯੂਕੇ ਤੋਂ ਹਾਂ ਉਹ ਤਿੰਨ ਬਿਟੀ ਕੋ ਸ਼ੂਟ ਕੀਤੇ ਸੈਲਮ ਦੇ ਕੀ ਬਾਤ ਆ ਅੱਛਾ ਜੀ ਪਹਿਲਾਂ ਵੀ ਉਹਨਾਂ ਗੀਤ ਸ਼ੂਟ ਕੀਤਾ ਹੈਗਾ ਹਾਂ ਤੇ ਯਾਰ ਨੇ ਬਰੂਦ ਵਰਗੇ ਹੂੰ ਸਾਨੂੰ ਵਸਲੇ ਦੀ ਲੋੜ ਕੋਈ ਨਾ ਓਏ ਹੋਏ ਹੋਏ ਹਾਂ ਜੀ ਵਾਹ ਵਾਹ ਲੇਕਿਨ ਹੁਣ ਅੱਜ ਕੱਲ ਇਦਾਂ ਆਇਆ ਵੀ ਤੁਸੀਂ ਕੰਪਨੀਆਂ ਦੇ ਮੈਂਬਰ ਨਹੀਂ ਕਰਦੇ ਲੋੜ ਹੈ ਨਾ YouTube ਚੈਨਲ ਬਣਾਓ ਤੇ ਆਪਣੇ ਗੀਤ ਪਾਓ ਹਾਂ ਭਾਵੇਂ ਉਦਾਂ ਹੀ ਗਾ ਕੇ ਜੇ ਮਿਊਜ਼ਿਕ ਨਹੀਂ ਉਦਦੇ ਗਾ ਕੇ ਜੇ ਕਿਸੇ ਨੂੰ ਵਧੀਆ ਲੱਗੀ ਕਹਿੰਦੇ ਆਪੀ ਤੈਨੂੰ ਸਪੋਰਟ ਕਰ ਲੈਣਾ ਉਹ ਚੱਲ ਪੈਣਾ ਹੈ ਬਿਲਕੁਲ ਕੁਝ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਆਪਣੇ ਸਿੰਗਰ ਨੇ ਉਹ ਇਦਾਂ ਹੀ ਚੱਲ ਚੱਲ ਗਏ ਨਾ ਭਾਵੇਂ ਉਦਦੇ ਅਬ ਦਫਰੀਨਾ ਗਾ ਕੇ ਭਾਵੇਂ ਟੇਬਲ ਦੇ ਨਾਲ ਗਾ ਕੇ ਵੀ ਹੈਨਾ ਹੂੰ 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 ਬਿਲਕੁਲ ਬਿਲਕੁਲ ਪਰ ਕਈ ਵਾਰੀ ਇਹ ਵੀ ਭਾਜੀ ਬਹੁਤ ਲੋਕ ਮੈਂ ਦੇਖਦਾ ਮੈਨੂੰ ਬਹੁਤ ਨਵੇਂ ਮੁੰਡੇ ਮਿਲਦੇ ਨੇ ਬੜਾ ਟੈਲੈਂਟ ਆ ਉਹਨਾਂ ਦੇ ਵਿੱਚ ਨਾ ਪਰ ਉਹ ਏਸੇ ਗੱਲੋਂ ਕਹਿੰਦੇ ਹੁੰਦੇ ਭਾਈ ਵੀਡੀਓ ਬੜੀ ਮਹਿੰਗੀ ਬਣੂਗੀ ਜਿਹੜੇ 뮤직 ਬੜਾ ਮਹਿੰਗਾ ਆਊਗਾ ਤੇ ਕਿਵੇਂ ਆਪਾਂ ਇਹ ਚੱਕ ਕੇ ਬਣਾ ਤੁਸੀਂ ਕੀ ਸਲਾਹ ਦੇਣੀ ਨਵੇਂ ਬੰਦੇ ਵਾਸਤੇ ਮੈਂ ਕਹਿੰਦਾ ਪਰੇ ਖਰਚੀ ਘਟਾਓ ਅੱਛਾ ਜੀ ਓਕੇ ਠੀਕ ਹੈ ਨਾ ਹਾਂ ਹਾਂ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਜਿਸ ਤਰ੍ਹਾਂ ਚਾਦਰ ਦੇ ਕੇ ਪੈਰ ਪਸਾਨਾ ਜੀ ਕਹਿੰਦੇ ਨੇ ਪੰਜਾਬੀ ਦੇ ਖਾਵਤ ਆ ਬਿਲਕੁਲ ਬਿਲਕੁਲ ਭਈ ਤੁਸੀਂ ਜੀ ਇੱਕ ਵੀਡੀਓ ਬਣਾਉਣ ਵਾਸਤੇ ਸਟਾਰਟ ਕਰੋ ਫੇ ਮੈਂ ਇੱਕ ਹੋਰ ਵੀ ਬਣਾ ਸਕਦਾ ਨਾ ਕਿ ਇੱਕ ਵੀਡੀਓ ਤੇ ਮੈਂ ਇੰਨੀ ਵੱਡੀ ਬਣਾਦਾ ਨਹੀਂ ਆ ਫੇ ਬਾਅਦ ਚ ਵਿਚਾਰੇ ਭਾਂਡੇ ਵਿਕਨੇ ਬਿਲਕੁਲ 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 ਹਾਂ ਇਹ ਇੱਕ ਕੰਟੀਨਿਊਟੀ ਵੀ ਜ਼ਰੂਰੀ ਹੁੰਦੀ ਹੈ ਨਾ ਭਾਈ ਹਲਕਾ ਚਲੋ ਠੀਕ ਹੈ ਔਰ 뮤직 ਵਾਲੇ ਮੁੰਡੇ ਅੱਛੇ ਅੱਛੇ ਕੰਪਿਊਟਰ ਤੇ ਕੋਈ ਗੱਲ ਉਹ ਗੱਲ ਤਾਂ ਨਹੀਂ ਹੈ ਨਾ ਵੀ ਲਾਈਵ ਇਨਸਟਰੂਮੈਂਟਸ ਵੇਣੇ ਆ ਅੱਜ ਕੱਲ ਕੰਪਿਊਟਰ ਦੇ ਵਿੱਚ ਉਹ ਸਭ ਕੁਝ ਕਰੀ ਜਾਂਦੇ ਬੜਾ ਵਧੀਆ ਵਧੀਆ ਨਾ ਹੁਣ ਤੇ ਬੀਟਾ ਮਿਲਦੀਆਂ ਤੁਸੀਂ ਬਾਈ ਕਰ ਸਕਦੇ ਆ ਜਿੱਥੋਂ ਮਰਜੀ ਹੈ ਨਾ ਜੇ ਉਹ ਕੰਪਿਊਟਰ ਦਾ ਜਾਣਕਾਰ ਹੈਗਾ ਉਹ ਕਰ ਸਕਦਾ ਬਿਲਕੁਲ ਠੀਕ ਹੈ ਨਾ ਤੇ ਹੌਲੀ ਹੌਲੀ ਕਰੋ ਇੱਕ ਇੱਕੋ ਰਾਤੋਂ ਰਾਤ ਇਦਾਂ ਹੁੰਦਾ ਨਹੀਂ ਵੀ ਮਕਾਮ ਪੰਜਾਬੀ ਹੈ ਨਾ ਹਾਂ ਜੀ ਜਿਹੜਾ ਹੁੰਦਾ ਰਾਤੋਂ ਰਾਤ ਫਿਰ ਉਹ ਬਾਅਦ ਚ ਉਹ ਵੀ ਸਟਰਗਲ ਕਰਦੇ ਹੈ ਨਾ ਬਿਲਕੁਲ 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 ਹਾਂ ਸੋ ਹੌਲੀ ਹੌਲੀ ਟੈਕਮਾਈ ਜੇ ਚੱਲੇ ਤਾਂ ਮੇਰੇ ਖਿਆਲ ਠੀਕ ਰਹਿੰਦਾ ਹਮ ਹਮ ਕਿਉਂਕਿ ਉਹ ਟਾਈਮ ਹੁਣ ਹੈ ਨਹੀਂ ਦਿਲਜੀਤ ਸਿੰਘ ਵੀ ਕਿਸੇ ਉਸਤਾਦ ਕੋ ਜਾਣੋ ਸਿੱਖਣ ਤਿੰਨ ਚਾਰ ਹੈ ਨਾ ਸਾਲ ਉਹ ਕਿਸੇ ਕੋਲ ਟਾਈਮ ਬੱਚਿਆਂ ਕੋ ਨਹੀਂ ਹਮ ਹਮ ਬਿਲਕੁਲ ਨਾ ਕੋਈ ਤਬਲਾ ਸਿੱਖੇ ਜਾਂ ਹਾਰਮੋਨੀ ਵੀ ਕਰਕੇ ਨਾ ਕਿ ਮੈਂ ਰਾਗਾਂ ਦੀ ਜਾਣ ਕਰ ਲਈਆਂ ਮੈਂ ਠਾਠਾਂ ਦੀ ਮੈਂ ਪਰ ਇਹ ਪਰ ਜ਼ਰੂਰੀ ਨਹੀਂ ਭਾਜੀ ਇਹ ਬਹੁਤ ਜ਼ਰੂਰੀ ਹੈ ਲੇਕਿਨ ਇੰਨਾ ਟਾਈਮ ਹੈ ਨਹੀਂ ਓਕੇ ਚਲੋ ਕੰਪਿਊਟਰ ਨਾਲ ਮਕਨੈ ਨਹੀਂ ਵੀ ਠੀਕ ਆ ਹਮ ਹਮ ਲੇਕਿਨ ਇਦਾਂ ਤੁਸੀਂ ਆਪਣੇ ਹਿਸਾਬ ਨਾਲ ਚਲੋ ਜਿਹੜੇ ਤੁਸੀਂ ਗੇਮ ਦੁਆਰਾ ਵੀ ਖੇਡ ਸਕਦੇ ਆ ਕੋਈ ਨਾ ਕਿ ਇਦਾਂ ਨਾ ਤੁਹਾਨੂੰ ਆਪਣੇ ਆਪਣੇ ਹੌਲੀ ਹੌਲੀ ਆਪਣੇ ਹਿਸਾਬ ਨਾਲ ਜੋ ਤੁਹਾਡੇ ਕੋਲ ਫਾਈਨਾਂਸ ਹੈਗਾ ਤੇ ਫਿਰ ਤੇ ਠੀਕ ਆ ਹਾਂ ਬਿਲਕੁਲ ਤੁਸੀਂ ਵੀਡੀਓ ਬਣਾਓ ਵੱਡੇ ਭਾਵੇਂ ਜਿੱਥੇ ਮਰਜੀ ਬਣਾਓ ਭਾਵੇਂ ਜਾਪਾਨ ਚ ਜਾ ਕੇ ਬਣਾਓ ਜੇ ਤੁਹਾਡੇ ਕੋਲ ਨਹੀਂ ਫਾਈਨਾਂਸ ਜੇ ਤੁਹਾਡੇ ਕੋਲ ਕੰਪਨੀ ਵਾਲਾ ਹੈਗਾ ਕੋਈ ਬੈਕਅਪ ਕਰਨ ਵਾਲਾ ਇਹ ਵੀ ਅੱਛੀ ਗੱਲ ਹੈ ਨਾ ਜੇ ਕੋਈ ਹੈ ਬੈਕ ਕਰਦਾ ਬਿਲਕੁਲ 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 ਕੋਈ ਤੁਹਾਨੂੰ ਕਰ ਰਿਹਾ ਤੇ ਉਹ ਵੀ ਕੋਈ ਠੀਕ ਆ ਅੱਛਾ ਭਾਜੀ ਮਿਊਜ਼ਿਕ ਤੁਸੀਂ ਬਣਾਇਆ ਬਹੁਤ ਵੱਡੇ ਆਰਟਿਸਟ ਜਿਹੜੇ ਨੇ ਇੰਡਸਟਰੀ ਦੇ ਵਿੱਚ ਲਿਆਂਦੇ ਹੋ ਅੱਜ ਤੱਕ ਚੱਲਦੇ ਨੇ ਹਨਾ ਉਸ ਤੋਂ ਬਾਅਦ ਤੁਸੀਂ ਖੁਦ ਸਿੰਗਿੰਗ ਦੇ ਵਿੱਚ ਆਏ ਤੇ ਬਾ ਕਮਲ ਗੀਤ ਤੁਸੀਂ ਦੇ ਉੱਤੇ ਅੱਜ ਵੀ ਸੁਣੇ ਜਾਂਦੇ ਆ ਤੀਸਰੀ ਜਿਹੜੀ ਮੈਂ ਤੁਹਾਡੇ ਤੋਂ ਸਵਾਲ ਪੁੱਛਣ ਲੱਗਿਆ ਮੂਵੀਜ਼ ਬਣ ਰਹੀਆਂ ਅੱਜ ਕੱਲ ਬਹੁਤ ਸਾਰੇ ਸਿੰਗਰ ਜਿਹੜੇ ਨੇ ਫਿਲਮਾਂ ਦੇ ਵਿੱਚ ਆ ਰਹੇ ਹਨ ਕੁਝ ਹੈ ਇਸ ਤਰ੍ਹਾਂ ਦਾ ਕਿ ਸੁਖਜਿੰਦਰ ਸ਼ਿੰਦਾ ਹੋਰੀ ਉਹਦੇ ਸਮੇਂ ਦੇ ਵਿੱਚ ਆਪਾਂ ਦੇਖ ਸਕਾਂਗੇ ਵੱਡੇ ਪਰਦੇ ਤੇ ਆਪਾਂ ਜੋ ਹੁਣ ਇਹ ਕਰ ਰਹੇ ਇਹ ਵੀ ਇੱਕ ਫਿਲਮੀ ਹੈ ਕਿਸੇ ਦੀ ਐਕਟਿੰਗ ਹੀ ਆ ਹਾਂਜੀ 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 ਸੋ ਇਹ ਨਹੀਂ ਕੋਈ ਇੰਨਾ ਜ਼ਿਆਦਾ ਥਮਨਾ ਨਹੀਂ ਸਤਗੁਰੂ ਨੂੰ ਚਾਹੇ ਲੇਕਿਨ ਜੋ 뮤직 ਕਰ ਰਹੇ ਜਾਂ ਗਾ ਬਜਾ ਰਹੇ ਆ ਆਪਣੇ ਹਾਂ ਸੰਤੁਸ਼ਟੀ ਵਾਸਤੇ ਜੋ ਮੈਨੂੰ ਵਧੀਆ ਲੱਗੇ ਉਹ ਮੈਂ ਕਰ ਰਿਹਾ ਹਾਂ ਠੀਕ ਹੈ ਨਾ ਬਿਲਕੁਲ ਬਿਲਕੁਲ ਨਾਲ ਨੇ ਬਹੁਤ ਬਖਸ਼ੀਸ਼ ਕੀਤੀ ਹੈ ਸਾਰੇ ਅਜੀਬ ਪ੍ਰੋਗਰਾਮ ਲੱਗਦੇ ਤੇ ਆਪਾਂ ਕੋਈ ਏਦਾਂ ਨਹੀਂ ਵੀ ਧੱਕੇ ਨਾ ਵੀ ਆਪਾਂ ਫਿਲਮ ਕਰਨੀ ਕਰਨੀ ਹੈ ਨਾ ਫਿਲਮ ਕਰਕੇ ਜੇ ਡੱਬੇ ਚ ਪਈ ਰਹੇ ਫਿਰ ਉਹ ਤਾਂ ਕੀ ਫਾਇਦਾ ਹੂੰ ਉਹ ਵੀ ਨਹੀਂ ਬਿਲਕੁਲ ਅੱਜ ਕਿੰਨੀਆਂ ਫਿਲਮ ਆ ਰਹੀਆਂ ਨੇ ਨਿਕਲਣੀਆਂ ਕਰਨੀਆਂ ਥੋੜੀਆਂ ਵੀ ਸਾਰੀਆਂ ਤਾਂ ਆ ਨਹੀਂ ਸਕਦੀਆਂ ਬਿਲਕੁਲ ਬਿਲਕੁਲ ਅੱਜ ਤਾਂ ਵੈਸੇ ਬਹੁਤ ਜ਼ਿਆਦਾ ਫਿਲਮਾਂ ਬਣ ਰਹੀਆਂ ਨੇ ਉਹਦੇ ਵਿੱਚੋਂ ਤੇ ਪਤਾ ਵੀ ਨਹੀਂ ਲੱਗਦਾ ਆਮ ਲੋਕਾਂ ਨੂੰ ਵੀ ਆਈਵੀ ਆ ਕੋਈ ਅਜੀ ਫਿਲਮ ਹੈ ਸੋ ਏਦਾਂ ਆ ਇਸ ਕਰਕੇ ਮੈਂ ਕਹਿੰ ਭਾਜੀ ਬਹੁਤ ਖੂਬਸੂਰਤ ਗੀਤ ਹੈਗਾ ਬੱਲੇ ਬਹੁਤ ਮਿਹਰਬਾਨੀ ਜੀ ਸੇ ਕੁਝ ਇਹਦੇ ਬਾਰੇ ਹੋਰ ਕੁਝ ਕਹਿਣਾ ਚਾਹੋ ਤੁਸੀਂ ਜੀਨਿੰਦਰ ਮੋਹਰਵਾਲੀ ਨੇ ਲਿਖਿਆ ਹਾਂ ਤੇ ਹਜੇ ਤਾਂ ਅੱਜ ਆਇਆ ਫਿਰ ਦੇਖਦੇ ਹਾਂ ਕੀ ਰਿਸਪੌਂਸ ਆਉਂਦਾ ਪਹਿਲਾਂ ਵਾਂਗੂ ਭਾਜੀ ਕੀ ਬਾਤਾਂ ਵਧੀਆ ਜਾਣਾ ਇਹ ਬਹੁਤ ਵਧੀਆ ਅੱਛਾ ਹੈ ਸਤਿਗੁਰੂ ਦੀ ਕਿਰਪਾ ਨੇ ਦੇਖੋ ਅੱਜ ਕੱਲੇ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਟਾਈਮ ਬਹੁਤ ਛੋਟਾ ਜਿਹਾ ਟਾਈਮ ਜੀ ਜੀ ਇਨੇ ਕੀ ਤਾਂ ਦੇ ਲੇਕਿਨ ਫਿਰ ਵੀ ਸਾਡੇ ਜੋ ਚਾਣ ਵਾਲੇ ਉਹ ਸੁਣਦੇ ਹੈ ਗੀਤ ਤੇ ਆਪਣੇ ਕਮੈਂਟਸ ਵੀ ਖੜਦੇ ਬਹੁਤ ਵੱਡੀ ਗੱਲ ਆ ਬਿਲਕੁਲ ਜੀ ਬਿਲਕੁਲ ਹਾਂ ਹਾਂ ਤੇ ਗੀਤ ਕਿਉਂਕਿ ਅਸੀਂ ਇਨੇ ਗੀਤ ਬਹੁਤ ਗੀਤ ਗਾ ਚੁੱਕਾ ਨਾ ਮਿਊਜ਼ਿਕ ਕਿੰਧਰ ਪਤਾ ਨਹੀਂ ਕਿੰਨੇ ਹੈ ਨਾ ਬាទ ਜੀ ਲੇਕਿਨ ਫਿਰ ਵੀ ਅਸੀਂ ਚਾਹਨੇ ਵੀ ਕੁਝ ਨਮੀਆਂ ਚੀਜ਼ਾਂ ਹਜੇ ਹੈ ਦ ਮਾਗ ਦੇ ਵਿੱਚ ਵੀ ਆ ਵੀ ਕੀਤਾ ਜਾਵੇ ਕੁਝ ਮੈਂ ਇਸ ਤੋਂ ਇਲਾਵਾ ਧਰਮ ਗੀਤ ਵੀ ਬਹੁਤ ਗਾਏ ਹਾਂ ਹਾਂ ਡੈਫੀਨਿਟਲੀ ਬਿਲਕੁਲ ਬਿਲਕੁਲ ਹਾਂ ਬੜੇ ਖੂਬਸੂਰਤ ਉਹ ਬਿਲਕੁਲ ਬਿਲਕੁਲ ਜਿਸ ਕੋ ਸਮਾਗਮ ਆਵੇ ਗੁਰੂ ਸਾਹਿਬ ਦਾ ਤੇ ਉਹਦੇ ਵਿੱਚ ਵੀ ਹਾਂ ਨਖਮਸਤ ਹੋਈਏ ਤੇ ਬਿਲਕੁਲ ਹਾਂ ਜੀ ਹੂੰ ਪਰਦੇਸੀਆਂ ਦੀ ਗੱਲ ਤੁਹਾਡੇ ਗੀਤਾਂ ਚ ਹੋਈ ਐ ਨਸ਼ੇ ਦੀ ਗੱਲ ਤੁਹਾਡੇ ਗੀਤਾਂ ਚ ਹੋਈ ਐ ਜੋ ਪੰਜਾਬ ਦੇ ਹਾਲਾਤ ਸੀਗੇ ਹਨਾ ਪਰਦੇਸੀਆਂ ਦੀ ਗੱਲ ਜਿਹੜੀ ਹੈਗੀ ਉਹ ਵੀ ਵਿਆਹਾਂ ਦੀ ਜਿਹੜੀ ਹੋ ਗਈ ਸੈਡ Song ਹੋ ਗਏ ਉਹ ਸਾਰੇ ਫਲੇਵਰ ਜਿਹੜੇ ਤੁਸੀਂ ਗਾਏ ਨੇ ਹੁਣ ਤੱਕ ਹਨਾ ਤੇ ਕੋਸ਼ਿਸ਼ ਮੈਨੂੰ ਕਹਿੰਦੇ ਵੀ ਸੈਡ ਤੋਂ ਜ਼ਿਆਦਾ ਕਰ ਮੈਂ ਕਿ ਦੁਨੀਆ ਤੇ ਹੋਰ ਵੀ ਸੈਡ ਆਪਾਂ ਕਿਉਂ ਕਰੀਏ ਹੋਰ ਸੈਡ ਡਿਪਰੈਸ਼ਨ ਤਾਂ ਇੰਨਾ ਬੜੀ ਜ਼ਿਆਦਾ ਲੋਕਾਂ ਦੇ ਵਿੱਚ ਹੈ ਜੀ ਆਪਾਂ ਨਚੰਡਫਨ ਵਾਲੀ ਗੱਲ ਕਰਾਂਗੇ ਠੀਕ ਹੈ ਨੀ ਅੱਜ ਕੱਲ ਵੀਡੀਓ ਜ਼ਿਆਦਾ ਜਿਹੜੇ ਬਣਾਉਂਦੇ ਹੈਗੇ ਤੁਹਾਡੇ ਨਾਲ ਕੋਈ ਵੀ ਚੰਗੀ ਜਿਹੜੀ ਗੱਲ ਹੁੰਦੀ ਉਹਨੂੰ ਪ੍ਰੋਮੋਟ ਕਰਿਆ Hmm. and you get some knowledge from it please try to share them kind of videos rather than hmm. negative videos bilkul 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 paaji tuhanu bahut dhanwad karda main thank you drjit singh ji nazara aaya gallan batto sunke tuhade naam gurpreet ji da sari ha. team da te british ya tv da hmm. jo ਪੰਜਾਬੀ ਗੀਤ ਨੂੰ ਪੰਜਾਬੀ ਸੰਗੀਤ ਨੂੰ ਪ੍ਰਮੋਟ ਕਰ ਰਿਹਾ ਨਮੇ ਨੂੰ ਨਮੇ ਨੂੰ ਸਭ ਨੂੰ ਪਿਆਰ ਕਰੋ ਠੀਕ ਨਹੀਂ ਕੀ ਬਾਤ ਹੈ ਕਿਉਂਕਿ ਸੰਗੀਤ ਦਾ ਮੈਸੇਜ ਕੀ ਹੈ ਦਿਲਜੀਤ ਸਿੰਘ ਦਾ ਹੈ ਪਿਆਰ ਵੰਡਣਾ ਹੋਰ ਕੋਈ ਹੈ ਨਹੀਂ ਬੜਾ ਲੰਮਾ ਚੌੜਾ ਤਾਂ ਗੱਲ ਹੈ ਨਹੀਂ ਕੋਈ ਸੰਗੀਤ ਦਾ ਮੈਸੇਜ ਕੀ ਪਿਆਰ ਵੰਡਣਾ ਹੈ ਨਾ ਬਿਲਕੁਲ ਬਿਲਕੁਲ ਲੇਕਿਨ ਜੀ ਆਪਾਂ ਦੇਖੀ ਸੰਗੀਤ ਕੀ ਹੈ ਤੇ ਬਹੁਤ ਡੂੰਗੀ ਚੀਜ਼ ਹੈ ਹਾਂ ਗਾਣਾ ਬਜਾਣਾ ਕੋ ਖੇਲ ਨਹੀਂ ਹੈ ਸਿੱਧਕਿਨ ਟਾਈਮ ਪਾਸ ਕਰਦੇ ਹਾਂ ਕਿ ਬਹੁਤ ਮੁਸ਼ਕਲ ਚੀਜ਼ ਹੈ ساری ਉਮਰ ਲੱਗ ਜਾਂਦੀ ਹੈ ਹਮਮ ਲੇਕਿਨ ਇਹ ਹੈ ਇੱਕ ਸੰਗੀਤਿਕ ਮਨੋਰੰਜਨ ਵੀ ਆਵੇ ਲੋਕਾਂ ਜੀ ਨੂੰ ਐਂਟਰਟੇਨ ਕਰਨ ਦਾ ਬਾਲ ਠੀਕ ਨਹੀਂ ਕੋਈ ਬਹੁਤ ਬਿਊਟੀਫੁਲ ਚੀਜ਼ ਹੈ ਆਈ ਲਾਈਕ ਟੂ ਸੇ ਟੂ ਦਾ ਪੇਰੈਂਟਸ ਇਫ ਯੂ ਕਿਡ ਬੱਚੀ ਹੋਵੇ ਜਾਂ ਕਿ ਉਹ ਲੋ ਪੁਇਸਟੇ ਮਨ ਲਰਨ ਇਨਸਟਰੂਮੈਂਟ ਇਸ ਬਿਊਟੀਫੁਲ ਥਿੰਗ ਇਹਦੇ ਨਾਲ এডੂਕੇਸ਼ਨ ਵੀ ਮਿਲਦੀ ਹੈ ਇਕਲਾ ਮਿਊਜ਼ਿਕ ਨਹੀਂ ਹੈ এডੂਕੇਸ਼ਨ ਹੈ ਬਿਲਕੁਲ ਜ਼ਿੰਦਗੀ ਦਾ ਕਿਸੇ ਦੀ ਇੱਜ਼ਤ ਕਰਨੀ ਕੀ ਇਸ ਆਲ ਕਮਸ ਇਨ ਮਿਊਜ਼ਿਕ ਸੋ ਪਲੀਜ਼ ਗੇਟ ਅ ਮੈਂ ਇਨਸਟਰੂਮੈਂਟ ਇਸ ਬਿਊਟੀਫੁਲ ਆਪਣੇ ਕਲਚਰ ਨਾਲ ਪੰਜਾਬ ਨਾਲ ਵੀ ਜੁੜਦੇ ਬੱਚੇ ਖਾਸ ਤੌਰ ਤੇ ਜਿਹੜੇ ਬਾਹਰ ਰਹਿਣ ਵਾਲੇ ਹੈਗੇ ਹਨ ਹਾਂ ਜੀ ਹਾਂ ਜੀ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਪਾਜੀ ਬੜਾ ਨਜ਼ਾਰਾ ਆਇਆ ਜੀ ਧੰਨਵਾਦ ਜੀ ਗਲਤੀ ਗਲਤੀ ਮਾਫ ਕਰ ਜਿਓ ਉਸਾਨ ਦੇ ਖਿਲਾਫ ਕਿਸੇ ਕੋਲ ਲਵਜ਼ ਦੀ ਕੀਰੀ ਹੋਵੈਂਦਾ ਲੇਕਿਨ ਮਾਲਕ ਸਭ ਦਾ ਪਲਾ ਕਰੇ ਬਹੁ ਤੇ ਆਸ ਕਰਦਾ ਤੁਹਾਨੂੰ ਵੀ ਬਹੁਤ ਪਸੰਦ ਆਈਆਂ ਹੋਣਗੀਆਂ ਸੁਖਜਿੰਦਰ ਸਿੰਧਾਹੋਰਾ ਦੇ ਨਾਲ ਦਿਲ ਦੀਆਂ ਗੱਲਾਂ ਅਤੇ ਉਹਨਾਂ ਦੇ ਗੀਤ ਜਿਹੜੇ ਨੇ ਅਸੀਂ ਸੁਣੇ ਨੇ ਸੋ ਮਿਲਦੇ ਆਂ ਫਿਰ ਦੇਖਦੇ ਰਹੋ ਬ੍ਰਿਟਿਸ਼ੀਆ ਟੀਵੀ ਚੜ੍ਹਦੀ ਕਲਾ ਚ ਰਹੋ